ਸਾਡੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਢੱਡ ਸਰੰਗੀ ਜਿਹੇ ਸਾਜ਼ਾਂ ਨੂੰ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਢੱਡ ਸਰੰਗੀ ਜਿਹੇ ਸਾਜ਼ਾਂ ਨੂੰ ਸੱਭਿਆਚਾਰ ਦੀਆਂ ਗੱਲਾਂ ਬਾਤਾਂ ਨੂੰ ਖੂਹ ਟੋਭਿਆਂ ਦੀਆਂ ਮੁਲਾਕਾਤਾਂ ਨੂੰ ਪਿੰਡਾਂ ਦੀਆਂ ਸੁੰਨੀਆਂ ਗਲੀਆਂ ਨੂੰ ਨਿਆਣਿਆਂ ਦੀਆਂ ਲਮਕਦੀਆਂ ਨਲੀਆਂ ਨੂੰ ਖਾੜਿਆਂ ਵਿੱਚ ਘੁਲਦੇ ਮੱਲਾਂ ਨੂੰ ਅਤੇ ਸੱਥਾਂ ਵਿੱਚ ਹੁੰਦੀਆਂ ਗੱਲਾਂ ਨੂੰ ਲੈ ਕੇ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਫੇਸਬੁੱਕ ਡਾਕਿਆ ਹੋਏਗਾ, ਨਾਲ ਨਾਲ ਯਾਦਾਂ ਵਤਨ ਦੀਆਂ ਦੇ ਵਿੱਚ ਤੁਹਾਨੂੰ ਪਿੰਡ ਵੀ ਲੈ ਚੱਲਾਂਗੇ, ਪਿੰਡਾਂ ਦੀਆਂ ਯਾਦਾਂ ਵੀ ਅੱਜ ਫਿਰ ਤਾਜ਼ਾ ਕਰਾਵਾਂਗੇ। ਵੈਸੇ ਤਾਂ ਹਮੇਸ਼ਾ ਪੰਜਾਬ ਦੀ ਗੱਲ ਪੰਜਾਬੀ ਦੇ ਵਿੱਚ ਅਤੇ ਪੰਜਾਬੀਅਤ ਵਾਸਤੇ ਕਰੀਦੀ ਹੈ, ਪੰਜਾਬੀਆਂ ਦੇ ਨਾਲ ਕਰੀਦੀ ਹੈ, ਅੱਜ ਵੀ ਉਹੀ ਹੋਏਗਾ। ਪਰ ਇੱਕ ਦੋ ਖਬਰਾਂ ਜਿਹੜੀਆਂ ਲੱਗਦੀਆਂ ਪੜ੍ਹਦੇ ਅਸਲੀ ਖਬਰਾਂ ਪੰਜਾਬ ਦੀਆਂ ਅਤੇ ਉਹ ਚੁੱਭਦੀਆਂ ਨੇ ਪਿੰਡੇ ਦੇ ਵਿੱਚ, ਜਦੋਂ ਉਹ ਮੇਰਾ ਦਿਲ ਫਿਰ ਕਰਦਾ ਵੀ ਤੁਹਾਡੇ ਨਾਲ ਸਾਂਝੀ ਕਰ ਹੀ ਲਈਏ। ਕੈਪਟਨ ਸਾਹਿਬ ਦਾ ਤਾਜ਼ਾ ਤਾਜ਼ਾ ਬਿਆਨ ਆਇਆ, ਜਿਨ੍ਹਾਂ ਨੇ ਅੱਜ ਤੋਂ ਮਤਲਬ ਲਗਭਗ 4 ਸਾਲ ਪਹਿਲਾਂ, 3 ਸਾਲ ਪਹਿਲਾਂ ਲਾ ਲਓ ਵੀ ਇਹ ਬਿਆਨ ਦਿੱਤਾ ਸੀ, ਮੇਰੀ ਆਖਰੀ ਇਲੈਕਸ਼ਨ ਆ ਭਾਈ, ਆਖਰੀ ਇਲੈਕਸ਼ਨ ਆ, ਐਤਕੀ ਜਿਤਾ ਦਿਓ, ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾ ਦਿਓ, ਉਦੋਂ ਬਾਅਦ ਮੇਰੀ ਸਤਿ ਸ਼੍ਰੀ ਅਕਾਲ ਹੈ। ਉਹਨਾਂ ਨੇ ਤਾਜ਼ਾ ਤਾਜ਼ਾ ਬਿਆਨ ਦਿੱਤਾ ਜੀ ਵੀ ਜਦ ਤੱਕ ਪੰਜਾਬ ਤਰੱਕੀ ਦੀ ਰਾਹ 'ਤੇ ਨਹੀਂ ਪੈ ਜਾਂਦਾ, ਸਮਝ ਗਏ ਗੱਲ, ਤਰੱਕੀ ਦੀ ਰਾਹ 'ਤੇ ਨਹੀਂ ਪੈ ਜਾਂਦਾ ਉਦੋਂ ਤੱਕ ਮੈਂ ਸਿਆਸਤ ਨਹੀਂ ਛੱਡਾਂਗਾ। ਇਹਦਾ ਮਤਲਬ ਇਹੀ ਹੈ ਜੀ ਕਿ ਕੁਰਸੀ ਦਾ ਇਸ਼ਕ ਬੁਰਾ, ਕਿੱਥੇ ਛੱਡੀ ਜਾਂਦੀ ਹੈ, ਸਿਆਸਤ ਚੀਜ਼ ਹੀ ਐਸੀ ਹੈ ਨਾ ਛੋੜੀ ਜਾਏ। ਸਿਆਸਤ ਜਿਹੜੀ ਹੈ ਜੀ, ਜਿਹਨੂੰ ਚਸਕਾ ਪੈ ਤਾਂ ਮੁੜ ਕੇ ਛੱਡ ਨਹੀਂ ਸਕਦੇ, ਅਤੇ ਕੈਪਟਨ ਸਾਹਿਬ ਨੇ ਹੁਣ ਇਸ਼ਾਰਾ ਕਰ ਦਿੱਤਾ ਕਿ ਮੈਂ ਅਜੇ ਕਿਤੇ ਨਹੀਂ ਜਾ ਰਿਹਾ, ਸਿਆਸਤ ਦੇ ਵਿੱਚ ਹੀ ਹਾਂ। ਚਲੋ ਖੈਰ, ਅਗਲਾ ਜਿਹੜਾ ਨਾਲ ਨਾਲ ਬਿਆਨ ਦਿੱਤਾ ਮਜੀਠੀਆ ਸਾਹਿਬ ਨੇ, ਉਹ ਵੀ ਕਮਾਲ ਦਾ, ਉਹ ਕਹਿੰਦੇ ਜੀ ਗੈਂਗਸਟਰਾਂ ਨੂੰ ਬੰਦੇ ਦੇ ਪੁੱਤ ਬਣਾਊਂਗਾ ਮੈਂ। ਬੜੀ ਚੰਗੀ ਗੱਲ ਹੈ ਜੀ, ਬੰਦੇ ਦੇ ਪੁੱਤ ਤਾਂ ਵੈਸੇ ਪਹਿਲਾਂ ਹੀ ਹੈ, ਆਦਤਾਂ ਹੀ ਮਾੜੀਆਂ ਨੇ। ਵੈਸੇ ਬੰਦੇ ਦੇ ਪੁੱਤ ਬਣਾਉਣ ਵਾਲੀ ਗੱਲ ਕਿਤੇ ਉਹ ਤਾਂ ਨਹੀਂ, ਵੈਸੇ ਇੱਕ ਕੈਸਟ ਦੇ ਵਿੱਚ ਇੱਕ ਡਾਕੂ ਨਾਲ, ਪੁਲਿਸ ਵਾਲੇ ਨਾਲ ਇੰਟਰਵਿਊ ਕੀਤੀ ਸੀ, ਕੈਸਟ ਦੇ ਵਿੱਚ ਪੁਲਿਸ ਵਾਲੇ ਨੇ ਇੰਟਰਵਿਊ ਕੀਤੀ ਸੀ ਵੀ ਤੁਸੀਂ ਜਦੋਂ ਕਿਤੇ ਡਾਕਾ ਪੈਂਦਾ ਜਾਂ ਚੋਰੀ ਹੁੰਦੀ ਹੈ ਜਾਂ ਕਿਤੇ ਕੋਈ ਵਾਰਦਾਤ ਹੁੰਦੀ ਹੈ ਤਾਂ ਉਸ ਜਗ੍ਹਾ 'ਤੇ ਤੁਸੀਂ ਲੇਟ ਕਿਉਂ ਪਹੁੰਚਦੇ ਹੋ? ਤਾਂ ਪੁਲਿਸ ਵਾਲੇ ਦਾ ਅੱਗੇ ਜਵਾਬ ਸੀ ਜੀ, ਕੱਪੜੇ ਬਦਲ ਕੇ ਆਉਣ ਨੂੰ ਟਾਈਮ ਤਾਂ ਲੱਗਦਾ ਹੀ ਹੈ। ਮਤਲਬ ਕਿਤੇ ਇਹ ਤਾਂ ਨਹੀਂ ਵੀ ਇਹਨਾਂ ਲੀਡਰਾਂ ਦੇ ਆਪਾਂ ਜਿਵੇਂ ਕਹਿੰਦੇ ਹਾਂ ਸਾਰੇ ਇੱਕ ਦੂਜੇ ਦੇ ਕਹਿੰਦੇ, ਉਹ ਕਹਿੰਦੇ ਉਹ ਗੈਂਗਸਟਰਾਂ ਦਾ ਪਿਓ ਆ, ਉਹ ਕਹਿੰਦੇ ਉਹ ਦਾਦਾ ਆ ਗੈਂਗਸਟਰਾਂ ਦਾ, ਵੀ ਚਲੋ ਜੇ ਬੰਦੇ ਦੇ ਪੁੱਤ ਬਣਾਉਣਾ ਤਾਂ ਉਹਨਾਂ ਨੂੰ ਇਸ਼ਾਰਾ ਹੀ ਕਰਨਾ ਹੁੰਦਾ ਲੀਡਰਾਂ ਨੇ, ਚਾਹੇ ਉਹ ਕਾਂਗਰਸ ਵਾਲੇ ਨੇ ਚਾਹੇ ਅਕਾਲੀ ਦਲ ਨੇ, ਇਸ਼ਾਰਾ ਹੀ ਕਰਨਾ, ਚੁੱਪ, ਅੱਜ ਤੋਂ ਬਾਅਦ ਕੋਈ ਵਾਰਦਾਤ ਨਹੀਂ ਕਰਨੀ ਅਤੇ ਵਾਰਦਾਤ ਹੋਣੀ ਬੰਦ ਹੋ ਜਾਣੀ ਹੈ। ਇੱਕ ਹੋਰ ਟਰੰਪ ਸਾਹਿਬ ਦਾ ਵੀ ਅੱਜ ਬਿਆਨ ਆਇਆ ਜੀ, ਮੈਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ, ਨੋਬਲ ਪ੍ਰਾਈਜ਼, ਮੈਂ ਪੂਰੀ ਦੁਨੀਆ 'ਚ ਸ਼ਾਂਤੀ ਬਣਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ, ਇਹ ਤੁਸੀਂ ਆਪ ਸਿਆਣੇ ਹੋ, ਇਹਦੇ ਅੱਗੇ ਮੈਂ ਕੁਛ ਨਹੀਂ ਕਹਿਣਾ, ਕਿਉਂਕਿ ਅਮਰੀਕਾ 'ਚ ਰਹਿੰਦੇ। ਇੱਕ ਹੋਰ ਆਈ ਹੈ ਜੀ ਖਬਰ, ਕਹਿੰਦੇ ਜੀ ਵੀ ਪੰਜਾਬ ਦੇ ਵਿੱਚ ਜੇ ਕੋਈ ਰਿਕਸ਼ੇ ਵਾਲਾ ਵੀ ਕੋਈ ਕਾਨੂੰਨ ਤੋੜੂਗਾ ਤਾਂ ਉਹਦਾ ਵੀ ਚਲਾਣ ਹੋਊਗਾ। SSP ਸਾਹਿਬ ਨੇ ਬਿਆਨ ਦਿੱਤਾ ਇਹ ਵੀ ਉਹਦਾ ਵੀ ਚਲਾਣ ਹੋਊਗਾ। ਬਿਲਕੁਲ ਸਹੀ ਹੈ ਜੀ ਕਿ ਚਲਾਣ ਹੋਣਾ ਚਾਹੀਦਾ ਰਿਕਸ਼ਿਆਂ ਦਾ, ਜਿਹੜੇ ਗਰੀਬ ਵਿਚਾਰੇ ਦਿਹਾੜੀ ਲਾਉਂਦੇ ਆ ਉਹ ਮਜਾਲ ਕੀ ਹੈ, ਕੋਈ ਲਾਈਟ ਇੱਧਰ ਉੱਧਰ ਕਰ ਜਾਣ ਅਤੇ ਕੁਛ ਕਰ ਜਾਣ, ਚਲਾਣ ਹੋਣਾ ਚਾਹੀਦਾ ਜੇ, ਬਲਕਿ 20-25 ਹਜ਼ਾਰ ਦਾ ਚਲਾਣ ਹੋਣਾ ਚਾਹੀਦਾ ਉਹਨਾਂ ਦਾ। ਹਾਂ, ਉਹ ਵੱਖਰੀ ਗੱਲ ਵੀ ਜਿਹੜੇ ਲੀਡਰ ਨੇ ਜਾਂ ਕਹਿੰਦੇ ਕਹਾਉਂਦੇ ਬੰਦੇ ਨੇ ਉਹ ਭਾਵੇਂ ਦਿਨ ਰਾਤ ਕਾਨੂੰਨ ਤੋੜੀ ਜਾਣ, ਲਾਈਟਾਂ ਲੱਗੀ ਜਾਣ, ਬੈਲਟ ਵੀ ਨਾਲ ਆਉਣ, ਉਹਨਾਂ ਦਾ ਚਲਾਣ ਕੋਈ ਨਹੀਂ ਬਣਦਾ, ਆਮ ਲੋਕਾਂ ਦਾ ਚਲਾਣ ਬਣਦਾ। ਇਹੀ ਸਾਡੇ ਪੰਜਾਬ ਦੀ ਫਿਤਰਤ ਹੈ ਵੀ ਜਿੰਨਾ ਪੀਸ ਹੁੰਦਾ ਆਮ ਲੋਕਾਂ ਨੂੰ ਪੀਸੋ ਅਤੇ ਵੱਡੇ ਲੋਕ ਜਿਹੜੇ ਨੇ ਐਸ਼ ਕਰਦੇ ਨੇ। ਚਲੋ ਖੈਰ, ਫਟਾਫਟ ਟਾਈਮ ਵਾਹਵਾ ਹੋ ਗਿਆ ਅਤੇ ਫੇਸਬੁੱਕ ਡਾਕੀਏ ਵੱਲ ਵੀ ਜਾਣਾ ਆਪਾਂ, ਫੇਸਬੁੱਕ ਡਾਕੀਆ ਵੀ ਬੈਠਾ ਤਿਆਰ ਹੋ ਕੇ। ਸੋ ਫੇਸਬੁੱਕ ਡਾਕੀਏ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕੁਝ ਫੋਟੋਆਂ ਅਤੇ ਕੁਝ ਵੀਡੀਓ ਤੁਹਾਨੂੰ ਦਿਖਾਈ ਦੀ ਹੈ। ਫੋਟੋ ਅੱਜ ਪਹਿਲੀ ਜਿਹੜੀ ਮੈਂ ਦਿਖਾਉਣੀ ਆ, ਇਹ ਵੀ ਅੱਜ ਕੱਲ੍ਹ ਕਹਿੰਦੇ ਟਾਈਮ ਹੈ ਨਹੀਂ ਕਿਸੇ ਕੋਲ, ਟਾਈਮ ਬੈਠਣ ਦਾ ਉੱਠਣ ਦਾ ਕੋਈ ਟਾਈਮ ਹੈ ਹੀ ਨਹੀਂ। ਅਤੇ ਇਹ ਭਾਈ ਸਾਹਿਬ ਜਿਹੜੀ ਪਹਿਲੀ ਫੋਟੋ ਦੇਖੋ ਜੀ, ਇਹ ਨਹਾਉਂਦਾ ਦਫ਼ਤਰ ਚੱਲਿਆ, ਘਰ ਟਾਈਮ ਨਹੀਂ ਲੱਗਿਆ, ਤਾਂ ਇਹਨੇ ਕਿਹਾ ਵੀ ਨਾਲੇ ਮੈਂ ਨਹਾ ਲੈਂਦਾ ਅਤੇ ਨਾਲੇ ਮੈਂ ਚਲੋ ਦਫ਼ਤਰ ਪਹੁੰਚ ਜੂੰਗਾ। ਬਾਈਕ ਹੀ ਐਸੀ ਤਿਆਰ ਕੀਤੀ ਹੈ ਜਿਹਦੇ 'ਚ ਬਾਥਟੱਬ ਲਾਇਆ ਹੋਇਆ, ਬਾਥਟੱਬ ਲਾ ਕੇ ਨਾਲ ਸਾਬਣ ਵੀ ਲਾਇਆ ਹੋਇਆ, ਪਾਣੀ ਪਤਾ ਨਹੀਂ ਕਿੱਥੋਂ ਉਹਨਾਂ ਨੂੰ, ਪੁਲਿਸ ਵਾਲਾ ਹੈਰਾਨ ਹੋ ਰਿਹਾ ਦੇਖ ਕੇ ਵੀ ਭਾਈ ਮੈਂ ਹੁਣ ਤੇਰਾ ਚਲਾਣ ਕੱਟਾਂ ਕਿ ਕਾਹਦਾ ਕੱਟਾਂ, ਤੇਰੀ ਇਸ ਬਾਈਕ ਦਾ ਕੱਟਾਂ ਜਾਂ ਤੇਰਾ ਸ਼ਰੇਆਮ ਸੜਕ ਦੇ ਉੱਪਰ ਨਹਾਉਣ ਦਾ ਕੱਟਾਂ, ਕਾਹਦਾ ਚਲਾਣ ਕੱਟਣਾ। ਸੋ ਇਹ ਵੀ ਬੜੀ ਵੱਖਰੀ ਜਿਹੀ ਫੋਟੋ ਇੱਕ ਹੈਗੀ ਆ, ਔਰ ਚਲਾਣ ਇਹਦਾ ਬਣਦਾ, ਵੈਸੇ ਐਸੀ ਗੱਲ ਨਹੀਂ ਹੈਗੀ, ਪਰ ਅਸੀਂ ਇਹ ਕਹਿ ਸਕਦੇ ਵੀ ਟਾਈਮ ਹੈ ਨਹੀਂ। ਉਹ ਬੰਦਾ ਕਹਿੰਦਾ ਜੀ ਟਾਈਮ ਹੀ ਨਹੀਂ, ਮੈਂ ਉੱਠਿਆ ਜਦ ਨੂੰ ਟਾਈਮ ਲੇਟ ਬਹੁਤ ਹੋ ਗਿਆ, ਤਾਂ ਹੁਣ ਨਹਾਉਣ ਨੂੰ ਹੁੰਦਾ ਕਿੱਥੇ ਟਾਈਮ, ਮੈਂ ਤਾਂ ਨਹਾਉਣ ਤੋਂ ਬਿਨਾਂ ਮੈਂ ਦਫ਼ਤਰ ਜਾਂਦਾ ਨਹੀਂ। ਉਹ ਵੱਖਰੀ ਗੱਲ ਵੀ, ਕਈ ਬੰਦੇ ਬਹਾਨਾ ਹੀ ਭਾਲਦੇ ਹੁੰਦੇ ਨਾ ਨਹਾਉਣ ਦਾ, ਵੀ ਚਲੋ ਛੱਡੋ ਯਾਰ ਕਿ ਨਾ ਹੀ ਨਹਾਉਣਾ ਪਵੇ ਤਾਂ ਫਟਾਫਟ ਦਫ਼ਤਰ ਚੱਲ ਜਾਈਏ। ਖੈਰ ਇਹ ਬੰਦਾ ਇੱਕ ਗੱਲ ਤਾਂ ਚੰਗੀ ਹੈ ਵੀ ਦਫ਼ਤਰ ਨਹਾਤੇ ਬਿਨਾਂ ਨਹੀਂ ਜਾਂਦਾ, ਚਾਹੇ ਸੜਕ 'ਤੇ ਨਹਾਵੇ।
ਜੀ ਅਗਲੀ ਵੀ ਜਿਹੜੀ ਫੋਟੋ ਹੈਗੀ ਆ ਉਹ ਪੰਜਾਬ ਦੇ ਆਪਣੇ ਇੰਡੀਆ ਦੀ ਕਹਿ ਸਕਦੇ ਜਾਂ ਪਾਕਿਸਤਾਨ ਦੀ ਕਹਿ ਸਕਦੇ ਹਾਂ, ਉੱਥੋਂ ਦੀ ਹੋ ਸਕਦੀ ਹੈ, ਬਾਹਰਲੇ ਮੁਲਕਾਂ ਦੀ ਫੋਟੋ ਐਸੀ ਨਹੀਂ ਹੋ ਸਕਦੀ ਕਿ ਕੋਈ ਰੇੜੇ ਵਾਲੇ ਨੇ ਵਿਚਾਰੇ ਨੇ ਰੇੜਾ ਵਾਹੁੰਦਾ ਹੋਣਾ, ਰੋਟੀ ਪਾਣੀ ਕਮਾਉਂਦਾ ਹੋਣਾ ਅਤੇ ਪਰ ਫਿਰ ਕਮਾਲ ਦੋ ਚੀਜ਼ਾਂ ਇਸ ਫੋਟੋ ਤੋਂ ਕਲੀਅਰ ਹੁੰਦੀਆਂ। ਇੱਕ ਤਾਂ ਇਹ ਹੈ ਕਿ ਜਿਹੜਾ ਗਧਾ ਇਹੀ ਮੁੱਕਰ ਗਿਆ ਹੋਵੇ ਰੇੜੇ ਤੋਂ, ਵੀ ਭਾਈ ਮੈਂ ਨਹੀਂ ਹੋਰ ਚੱਲਣਾ, ਤੂੰ ਮੈਨੂੰ 50 ਮੀਲ ਕਿਹਾ ਸੀ ਤਾਂ 55 ਮੀਲ 60 ਮੀਲ ਹੋ ਗਏ ਮੇਰੇ, ਹੁਣ ਮੈਂ ਅੱਗੇ ਹੋਰ ਨਹੀਂ ਚੱਲਣਾ ਹੈਗਾ, ਮੈਂ ਤਾਂ ਇੱਥੇ ਹੀ ਬੈਠੂੰ। ਫਿਰ ਰੇੜੇ ਨੇ ਕਿਹਾ ਉਹਨੇ ਚੱਲ ਤੂੰ ਬੈਠਣਾ ਹੀ ਹੈ, ਤੂੰ ਰੇੜੇ ਦੇ ਉੱਪਰ ਬਹਿ ਜਾ, ਮੈਂ ਰੇੜਾ ਲੈ ਜਾਂਦਾ। ਜਾਂ ਫਿਰ ਇਹ ਹੋ ਸਕਦਾ ਹੈ, ਚੰਗੀ ਗੱਲ ਸ਼ਾਇਦ ਇਹ ਹੋਵੇ ਕਿ ਰੇੜੇ ਵਾਲੇ ਦੀ ਇਹ ਰੋਜ਼ੀ ਰੋਟੀ ਹੈ ਚਾਹੇ ਗਧਾ ਹੀ, ਲੇਕਿਨ ਉਹਦੀ ਰੋਜ਼ੀ ਰੋਟੀ ਹੋ ਸਕਦਾ ਹੈ। ਅਤੇ ਗਧਾ ਬਿਮਾਰ ਠਮਾਰ ਹੋ ਸਕਦਾ ਹੋਵੇ, ਢਿੱਲਾ ਮੱਠਾ ਹੋਵੇ, ਤਾਂ ਉਹਨੇ ਆਪ ਰੇੜਾ ਖਿੱਚ ਕੇ ਅਤੇ ਉਹਨੂੰ ਗਧੇ ਨੂੰ ਬਿਠਾ ਕੇ ਆਰਾਮ ਨਾਲ ਘਰ ਲੈ ਕੇ ਜਾਂਦਾ ਹੋਵੇ। ਸ਼ਾਇਦ ਇਹ ਫੋਟੋ ਜਿਹੜੀ ਹੈਗੀ ਇਹ ਤੋਂ ਇਹ ਸਿੱਧ ਹੁੰਦਾ। ਅਗਲੀ ਫੋਟੋ ਵੀ ਜਿਹੜੀ ਉਹ ਇਹੀ ਹੈ, ਇਟ ਹੈਪਨਸ ਓਨਲੀ ਇਨ ਇੰਡੀਆ। ਇੱਕ ਰੇੜੀ ਹੁੰਦੀ ਸਾਈਕਲ ਰੇੜੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, 3 ਟਾਇਰਾਂ ਵਾਲੀ, ਆਮ ਤੌਰ 'ਤੇ ਛੋਟਾ ਮੋਟਾ ਸਮਾਨ ਢੋਣ ਵਾਸਤੇ ਰੱਖੀ ਹੁੰਦੀ ਹੈ, ਜੇ ਕਰਿਆਨੇ ਵਾਲਿਆਂ ਨੇ ਕਰਿਆਨਾ ਹੋਮ ਡਿਲੀਵਰੀ ਕਰਨ ਵਾਸਤੇ ਰੱਖੀ ਹੁੰਦੀ ਹੈ। ਪਰ ਇਹਦੀ ਬੰਦੇ ਦੀ ਮਜਬੂਰੀ ਹੋ ਸਕਦੀ ਹੈ, ਕੀ ਹੋ ਸਕਦੀ ਹੈ, ਇਹ ਫੋਟੋ ਰੇੜੀ ਦੇ ਉੱਪਰ ਕਿੰਨੇ ਕੁ ਡੱਬੇ ਲੱਦੇ ਹੋਏ ਨੇ, ਔਰ ਸੋਚਣ ਵਾਲੀ ਗੱਲ ਇਹ ਹੈ ਵੀ ਭਾਈ ਸਾਹਿਬ ਲੱਦੇ ਕਿਵੇਂ ਹੈ, ਇਹ ਲੱਦੇ ਕਿਵੇਂ ਆ। ਔਰ ਕਈ ਵਾਰੀ ਤਾਂ ਜਦੋਂ ਬਾਹਰੋਂ ਬੰਦਾ ਜਾਂਦਾ, ਪਹਿਲੀ ਵਾਰ ਇੰਡੀਆ ਜਾਂਦਾ, ਤਾਂ ਤੂੜੀ ਵਾਲਾ ਟਰੱਕ ਲੱਦਿਆ ਦੇਖਦਾ ਤਾਂ ਉਹ ਵੀ ਹੈਰਾਨ ਹੋ ਜਾਂਦਾ, ਔਰ ਪੁੱਛਦਾ ਭਾਈ ਸਾਹਿਬ ਬਾਕੀ ਮੈਨੂੰ ਨਾ ਦੱਸੋ ਵਿੱਚ ਕੀ ਆ ਕੀ ਨਹੀਂ, ਇਹ ਲੱਦੇ ਕਿਵੇਂ ਆ, ਤਾਂ ਤੂੜੀ ਲੱਦੀ ਕਿਵੇਂ। ਅਤੇ ਜਾਂਦੇ ਜਾਂਦੇ ਤਾਂ ਫਿਰ ਕੋਈ ਨਾ ਕੋਈ ਟਰੱਕ ਵਾਲਾ ਖੁੰਗਾ ਮਾਰ ਜਾਂਦਾ, ਫਿਰ ਤੂੜੀ ਸਾਰੀ ਸੜਕ 'ਤੇ ਪਈ ਹੁੰਦੀ ਹੈ। ਖੈਰ ਇਹ ਵੀ ਡੱਬੇ ਜਿਹੜੇ ਹੈਗੇ ਨੇ, ਇੱਥੇ ਵੀ ਹੁਣ ਅਸੀਂ ਹੁਣ ਕੀ ਕਹਿ ਸਕਦੇ, ਇੰਡੀਆ ਦੇ ਸਿਸਟਮ ਦੀ ਗੱਲ ਕਰ ਸਕਦੇ, ਇੰਡੀਆ ਦੇ ਵਿੱਚ ਹੀ ਇਹੋ ਜਿਹਾ ਕੁਛ ਹੁੰਦਾ, ਬਾਹਰਲੇ ਮੁਲਕਾਂ ਦੇ ਵਿੱਚ ਤਾਂ ਮਾੜਾ ਜਿਹਾ ਵੀ ਕੁਛ ਉੱਚੀ ਨੀਵੀਂ ਕਰਦੇ ਤਾਂ ਕੋਈ ਨਹੀਂ ਕਰ ਦਿੰਦਾ, ਫਟਾਫਟ ਟਿਕਟ ਮਿਲ ਜਾਂਦੀ ਆ। ਬ੍ਰੇਕ ਤੋਂ ਬਾਅਦ ਹਾਜ਼ਰ ਆ ਜੀ, ਤਾਂ ਚੱਲਦੇ ਹਾਂ ਫਟਾਫਟ ਵਿਸ਼ੇ ਵੱਲ। ਵਿਸ਼ਾ ਅੱਜ ਕਿਹੜਾ ਹੁੰਦਾ, ਵਿਸ਼ਾ ਤਾਂ ਪਿੰਡਾਂ ਦੀਆਂ ਗੱਲਾਂ ਕਰੀਦੀਆਂ, ਪਿੰਡਾਂ ਦੀਆਂ ਗੱਲਾਂ ਕਰਨਾ ਕੋਈ ਵਿਸ਼ਾ ਨਹੀਂ ਹੁੰਦਾ, ਤਾਂ ਯਾਦਾਂ ਤਾਜ਼ਾ ਕਰੀਦੀਆਂ, ਯਾਦਾਂ ਵਤਨ ਦੀਆਂ ਦੇ ਵਿੱਚ ਕੀ ਹੁੰਦਾ ਸੀ। ਇਹਦੇ ਨਾਲ ਇਹ ਹੈ ਵੀ ਇੱਕ ਤਾਂ ਸਾਡੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਹੋ ਜਾਂਦੀਆਂ, ਅਤੇ ਗਾਹੇ ਵਗਾਹੇ ਕੋਈ ਨਾ ਕੋਈ ਜਵਾਕ ਘਰ ਦੇ ਵਿੱਚ ਪੁੱਛ ਲੈਂਦਾ ਵੀ ਇਹ ਕੀ ਹੁੰਦਾ ਸੀ ਕੀ ਨਹੀਂ ਹੁੰਦਾ ਸੀ। ਯਾਦਾਂ ਦੀ ਅੱਜ ਗੱਲ ਕਰੀਏ ਤਾਂ ਮੈਨੂੰ ਦੋ ਚੀਜ਼ਾਂ ਯਾਦ ਆਈਆਂ। ਇੱਕ ਤਾਂ ਮੈਂ ਸੋਚਦਾ ਸੀ ਵੀ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਪੈਸੇ ਪੂਸੇ ਜਿਹੜੇ ਰੱਖਦੇ ਸੀ, ਬੈਂਕਾਂ ਬੁੰਕਾਂ ਤਾਂ ਹੁੰਦੀਆਂ ਨਹੀਂ ਸੀ, ਬਹੁਤ ਘੱਟ ਹੁੰਦੀਆਂ ਸੀਗੀਆਂ ਘਰਾਂ ਦੇ ਵਿੱਚ ਹੀ, ਬਹੁਤ ਦੇਰ ਪਹਿਲਾਂ ਦੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਹੀ ਸਿੱਕੇ ਹੁੰਦੇ ਸੀ, ਉਦੋਂ ਬਾਅਦ ਪੈਸਾ ਧੇਲਾ ਵੀ ਘਰ ਦੇ ਵਿੱਚ ਰੱਖਿਆ ਜਾਂਦਾ ਸੀ, ਆਮ ਤੌਰ 'ਤੇ ਅਕਸਰ ਦੇਖਿਆ। ਜੇ ਬੈਂਕ ਦੀ ਗੱਲ ਕਰੀਏ ਤਾਂ ਘਰਾਂ ਦੀ ਬੈਂਕ ਜਿਹੜੀ ਹੁੰਦੀ ਸੀ ਉਹ ਇਹੀ ਹੁੰਦੀ ਸੀ, ਦਾਦੀ ਦੀ ਬੈਂਕ ਜਿਹੜੀ ਹੁੰਦੀ ਸੀਗੀ ਅਤੇ ਉਹ ਹੁੰਦੀ ਸੀ ਸੰਦੂਕ ਦੇ ਵਿੱਚ ਪਈ ਰਜਾਈ, ਰਜਾਈ ਦੀ ਤਹਿ ਦੇ ਵਿੱਚ ਰੁਮਾਲ ਦੇ ਵਿੱਚ ਬੰਨੇ ਹੋਏ ਪੈਸੇ। ਸੋ ਉਹ ਵੀ ਇੱਕ ਸਮਾਂ ਸੀਗਾ ਸ਼ਾਇਦ ਸਾਡੇ ਦਰਸ਼ਕਾਂ ਦੇ ਜ਼ਿਹਨ ਦੇ ਵਿੱਚ ਹੋਏਗਾ। ਜੇ ਅਸੀਂ ਆਮ ਬੈਂਕ ਦੀ ਗੱਲ ਕਰੀਏ, ਬਾਹਰ ਅੰਦਰ ਜਾਣ ਦੀ ਗੱਲ ਕਰੀਏ, ਤਾਂ ਪੈਸੇ ਬਹੁਤ ਸੰਭਾਲ ਕੇ ਰੱਖਣੇ ਪੈਂਦੇ ਸੀ, ਜੇਬਾਂ ਬਹੁਤ ਘੱਟ ਹੁੰਦੀਆਂ ਸੀਗੀਆਂ, ਅਤੇ ਫਿਰ ਉਹ ਬੈਂਕ ਜਿਹੜੀ ਹੁੰਦੀ ਸੀਗੀ, ਇੱਕ ਵਾਰੀ ਮੇਰੇ ਨਾਲ ਵੀ ਇੱਦਾਂ ਹੋਈ ਸੀ, ਮੈਂ ਨਕੋਦਰ ਗਿਆ ਸੀ ਅਤੇ ਮੇਰੇ ਜੇਬ ਜਿਹੜੇ 5-4 ਰੁਪਈਏ ਸੀ ਉਹ ਵੀ ਕਿਸੇ ਨੇ ਕੱਢ ਲਏ, ਅਤੇ ਮੈਨੂੰ ਬੜਾ ਔਖਾ ਹੋਇਆ ਸੀ ਬਾਅਦ ਦੇ ਵਿੱਚ। ਅਤੇ ਫਿਰ ਜਦੋਂ ਇਹੋ ਜਿਹਾ ਮਾਹੌਲ ਹੁੰਦਾ, ਇਹ ਤੋਂ ਬਚਣ ਵਾਸਤੇ ਇੱਕ ਵੱਖਰੀ ਤਰ੍ਹਾਂ ਦੀ ਬੈਂਕ ਸਾਡੀ ਹੁੰਦੀ ਸੀ। ਆਮ ਤੌਰ 'ਤੇ ਜਰਾਬਾਂ ਦੇ ਵਿੱਚ ਪੈਸੇ ਫਸਾਏ ਜਾਂਦੇ ਸੀਗੇ, ਜਰਾਬਾਂ 'ਚ ਫਸਾਏ ਜਾਂਦੇ ਸੀ। ਬਹੁਤ ਸਾਰੇ ਲੋਕ ਚੋਰਾਂ ਤੋਂ ਬਚਣ ਵਾਸਤੇ ਜਾਂ ਜੇਬ ਕਤਰਾਂ ਤੋਂ ਬਚਣ ਵਾਸਤੇ ਪਜਾਮੇ ਦੇ ਨੇਫੇ ਦੇ ਵਿੱਚ ਵੀ ਪੈਸੇ ਫਸਾ ਲੈਂਦੇ ਸੀ, ਉਹ ਵੀ ਬੈਂਕ ਹੀ ਹੁੰਦੀ ਸੀ ਇੱਕ ਕਿਸਮ ਦੀ। ਅਤੇ ਜਰਾਬਾਂ ਦੀ ਗੱਲ ਕਰੀਏ ਤਾਂ ਜਰਾਬਾਂ ਕਈ ਵਾਰੀ ਆਮ ਤੌਰ 'ਤੇ ਹੁੰਦਾ ਸੀ ਪਾਟੀਆਂ ਹੁੰਦੀਆਂ ਸੀਗੀਆਂ, ਆਪਣੇ ਹੁਣ ਇੰਨੇ ਜ਼ਿਆਦਾ ਜੋੜੇ ਤਾਂ ਹੁੰਦੇ ਨਹੀਂ ਸੀ, ਅਤੇ ਉਹ ਫਿਰ ਇਹ ਕਹਿੰਦੇ ਹੁੰਦੇ ਨਿਆਣੇ ਘਰਦਿਆਂ ਨੂੰ ਵੀ ਬਾਪੂ ਜੀ ਪਾਪਾ ਜੀ ਮੇਰੀ ਜਿਹੜਾ ਬੈਂਕ ਕਹਿੰਦਾ ਵੀ ਬੈਂਕ ਜਿਹੜੀ ਹੈ ਉਹ ਪਾਟ ਗਈ ਹੈ ਅਤੇ ਮੈਨੂੰ ਬੈਂਕ ਨਵੀਂ ਲੈ ਦਿਓ ਜਰਾਬਾਂ ਦੀ ਬਜਾਏ, ਕਿਉਂਕਿ ਉਹ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਹੁੰਦਾ ਸੀਗਾ। ਚਲੋ ਉਸ ਸਮੇਂ ਦੀ ਗੱਲ ਅਕਸਰ ਗੱਲ ਕਰੀਦੀ ਹੈ, ਪਿੰਡਾਂ ਦੀ ਗੱਲ ਕਰੀਦੀ ਹੈ, ਛੱਤਾਂ 'ਤੇ ਸੌਣ ਦੀ ਗੱਲ ਕਰੀਦੀ ਹੈ ਵੀ ਛੱਤਾਂ ਦੇ ਉੱਪਰ ਜੋ ਸੌਂਦੇ ਸੀ ਕੀ ਮਾਹੌਲ ਹੁੰਦਾ ਸੀਗਾ, ਘੜੀ ਕਿਸੇ ਕੋਲ ਨਹੀਂ ਸੀ ਹੁੰਦੀ, ਟਾਈਮ ਸਭ ਕੋਲ ਹੁੰਦਾ ਸੀ, ਇਹੋ ਜਿਹੀਆਂ ਗੱਲਾਂ ਕਰਦੀ। ਪਰ ਅੱਜ ਮੈਂ ਜਿਹੜਾ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨਾ, ਜਿਹੜੀ ਗੱਲ ਕਰਨੀ ਹੈ, ਉਹ ਮੇਰੇ ਖਿਆਲ ਵੈਸੇ ਗਾਹੇ ਵਿਗਾਹੇ ਤਾਂ ਕੀਤੀ ਹੋਊਗੀ, ਪਰ ਸਵਾਲ ਜਵਾਬ ਆਪਾਂ ਉਸ ਗੱਲ 'ਤੇ ਮੇਰੇ ਖਿਆਲ ਕਦੇ ਨਹੀਂ ਕੀਤੇ। ਜਦੋਂ ਕੋਈ ਪਿੰਡ ਦੇ ਵਿੱਚ ਵਿਆਹ ਹੁੰਦਾ ਸੀ, ਕਿਸੇ ਦੇ ਘਰ ਵਿਆਹ ਹੁੰਦਾ ਸੀ, ਵਿਆਹ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਸੀ, ਹਲਵਾਈ ਜ਼ਰੂਰੀ ਹੁੰਦਾ ਸੀ, ਫਲਾਨਾ ਕੱਪੜਾ ਲੱਤਾ ਸਭ ਕੁਝ ਜ਼ਰੂਰੀ ਹੁੰਦਾ ਸੀ, ਉੱਥੇ ਵਿਆਹ ਦੇ ਵਿੱਚ ਇੱਕ ਹੋਰ ਬੜੀ ਅਹਿਮ ਚੀਜ਼ ਹੁੰਦੀ ਸੀ, ਬਹੁਤ ਜ਼ਰੂਰੀ ਚੀਜ਼ ਹੁੰਦੀ ਸੀ, ਜਿਸ ਤੋਂ ਬਿਨਾਂ ਵਿਆਹ ਅਧੂਰਾ ਸਮਝਿਆ ਜਾਂਦਾ ਸੀ, ਉਹ ਸੀ ਸਪੀਕਰ।
ਸਪੀਕਰਾਂ ਵਾਲਾ ਭਾਈ, ਤੇ ਪਹਿਲਾਂ ਜਿੱਥੇ ਬਾਕੀ ਕਹਿੰਦੇ ਸੀ ਵੀ ਫਲਾਣੇ ਨੇ ਬੁੱਕ ਕਰ ਲਿਆ, ਫਲਾਣੇ ਨੂੰ ਬੁੱਕ ਕਰ ਲਿਆ, ਵਾਜੇ ਵਾਲੇ ਬੁੱਕ ਕਰ ਲਏ, ਤੇ ਫਲਾਣੇ ਬੁੱਕ ਕਰ ਲਏ, ਤੇ ਉੱਥੇ ਨਾਲ ਦੀ ਨਾਲ ਇਹ ਵੀ ਜ਼ਰੂਰ ਪੁੱਛਿਆ ਜਾਂਦਾ ਸੀ ਭਾਈ ਸਪੀਕਰਾਂ ਵਾਲਾ ਬੁੱਕ ਕਰ ਲਿਆ, ਸਪੀਕਰਾਂ ਵਾਲੇ ਨੂੰ ਬੁੱਕ ਕੀਤਾ ਜਾਂਦਾ ਸਪੈਸ਼ਲ ਕੋਠੇ 'ਤੇ ਸਪੀਕਰ ਜਿਹੜਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ, ਡੀਜਾ ਲਾਲਾ ਮਹਿੰਦੀ ਦੁਨੀਆ ਸਾਰੀ ਆ। ਸਪੀਕਰ ਦੀਆਂ ਯਾਦਾਂ ਅੱਜ ਤਾਜ਼ਾ ਕਰਨੀਆਂ ਤੁਹਾਡੇ ਨਾਲ ਪਿੰਡਾਂ ਦੀਆਂ, ਔਰ ਸਪੀਕਰਾਂ ਵਾਲੇ ਦੀ ਗੱਲ ਕਰੀਏ। ਸਪੀਕਰਾਂ ਵਾਲਾ ਭਾਈ ਇੱਕ ਹੁੰਦਾ ਸੀ ਸਾਈਕਲ ਦੇ ਪਿੱਛੇ ਲੱਦ ਕੇ ਬੈਟਰੀ, ਜੋ ਕੋਈ ਲਾਈਟ ਲੂਟ ਦਾ ਵਸਾਹ ਨਹੀਂ ਹੁੰਦਾ ਸੀ, ਬੈਟਰੀ ਨਾਲ ਰੱਖਦਾ ਸੀ, ਨਾਲ ਉਹ ਆਪਣਾ ਭੋਪੂ ਜਿਹਾ ਵੱਡਾ ਸਾਰੇ ਦੋ, ਫਿਰ ਮੰਜੇ ਕੋਠੇ ਦੇ ਉੱਪਰ ਕਰ ਕਰਕੇ ਪੁੱਠੇ ਖੜੇ ਕਰਦੇ ਸੀ ਮੰਜੇ, ਤਾਂ ਕਿ ਉਹਦੇ ਵਿੱਚ ਦੀ ਰੱਸੀ ਰੁੱਸੀ ਬੰਨਣੀ ਸੌਖੀ ਹੁੰਦੀ ਸਪੀਕਰਾਂ ਨੂੰ। ਪੁੱਠੇ ਮੰਡੇ ਖੜੇ ਕਰਕੇ ਤਾਂ ਸਪੀਕਰ ਉੱਪਰ ਲਾ ਕੇ, ਅਤੇ ਫਿਰ ਵਾਹਵਾ ਚਾਰ ਪੰਜ ਦਿਨ ਚੰਗੀ ਰੌਣਕ ਰਹਿੰਦੀ ਸੀ, ਅਤੇ ਦੂਰ ਤੱਕ ਆਵਾਜ਼ ਸਪੀਕਰਾਂ ਦੀ ਸੁਣਦੀ ਸੀ ਜਿਹੜੇ ਕੋਠੇ 'ਤੇ ਲੱਗੇ ਹੁੰਦੇ ਸੀ। ਵੀ ਕਈ ਵਾਰੀ ਨਾ ਬਾਹਰ ਖੇਤਾਂ ਖੂਤਾਂ 'ਚ ਜਾਂਦੇ ਸੀ ਜਦੋਂ ਕਿਤੇ ਕੰਮ ਕਾਰ ਕਰਦੇ, ਅਤੇ ਇੱਕ ਬੜਾ ਵਧੀਆ ਜਿਹਾ ਮਾਹੌਲ ਹੁੰਦਾ ਸੀ, ਆਵਾਜ਼ ਜਿਹੜੀ ਆ ਉਹ ਹਵਾ ਦੇ ਨਾਲ ਐਂ ਵੱਜ ਜਾਂਦੀ ਸੀ, ਐਂ ਘੱਟ ਜਾਂਦੀ ਸੀ, ਹਵਾ ਪਰੇ ਨੂੰ ਹੋਈ ਆਵਾਜ਼ ਘੱਟ ਗਈ, ਹਵਾ ਉੱਧਰ ਨੂੰ ਆਈ ਆਵਾਜ਼ ਵੱਧ ਗਈ, ਬੜਾ ਵਧੀਆ ਮਾਹੌਲ ਹੁੰਦਾ ਸੀ। ਅਤੇ ਸਪੀਕਰਾਂ ਵਾਲੇ ਦੀ ਗੱਲ ਕਰੀਏ ਤਾਂ ਸਪੀਕਰਾਂ ਵਾਲਾ ਕੋਨੇ ਦੇ ਵਿੱਚ ਬੈਠਕ ਦੇ ਵਿੱਚ ਆਪਣਾ ਜਿਗਾੜ ਫਿੱਟ ਕਰ ਲੈਂਦਾ ਸੀਗਾ, ਸਪੀਕਰ ਉਹ ਕੋਠੇ 'ਤੇ ਲਾ ਕੇ ਇੱਕ ਮੂੰਹ ਉੱਧਰ ਨੂੰ ਕਰਕੇ ਇੱਕ ਉੱਧਰ ਨੂੰ ਕਰਕੇ, ਅਤੇ ਕੋਨੇ 'ਚ ਬੈਠਾ ਫਿਰ ਉਹ ਚਾਬੀ ਦੇ ਕੇ ਉਹਨੂੰ ਮਸ਼ੀਨ ਨੂੰ, ਅਤੇ ਫਿਰ ਉਹ ਸੂਈ ਲਾ ਕੇ ਉਹਦੇ ਵਿੱਚ, ਅਤੇ ਫਿਰ ਉਹ ਰਿਕਾਰਡ 'ਤੇ ਰੱਖਦਾ ਸੀ ਨਵੇਂ ਨਵੇਂ ਰਿਕਾਰਡ ਜਿਹੜੇ ਫਿਰ ਸਿਫਾਰਸ਼ ਕਰਦੇ ਹੁੰਦੇ ਸੀਗੇ। ਪਰ ਇੱਕ ਹੋਰ ਜਿਹੜੀ ਗੱਲ ਮੈਨੂੰ ਯਾਦ ਆ ਰਹੀ ਹੈ ਵੀ ਸੂਈਆਂ ਇਕੱਠੀਆਂ ਕਰਨ ਦਾ ਨਿਆਣਿਆਂ 'ਚ ਬੜਾ ਚਾਅ ਹੁੰਦਾ ਸੀ, ਸੂਈਆਂ ਇਕੱਠੀਆਂ ਕਰਕੇ ਫਟਾਫਟ, ਅਤੇ ਉਹ ਫਿਰ ਪਤਾ ਨਹੀਂ ਕੀ ਕਰਦੇ ਸੂਈਆਂ ਦਾ, ਸਮਝ ਸਾਈਕਲ ਹੀ ਪੈਂਚਰ ਕਰਦੇ ਹੁਣ, ਕਿਸੇ ਦਾ ਹੋਰ ਤਾਂ ਕੀ ਕਰਨਾ ਸੂਈਆਂ ਦਾ, ਤਿੱਖੀਆਂ ਹੁੰਦੀਆਂ ਸੂਈਆਂ ਨਿੱਕੀ ਨਿੱਕੀਆਂ, ਉਹ ਇਕੱਠੀਆਂ ਕਰਕੇ ਰੱਖੀ ਜਾਣੀਆਂ, ਕਰੀ ਜਾਣੀਆਂ, ਇੱਕ ਦੂਜੇ ਕੋਲ ਖੂਹੀਆਂ, ਕਈ ਵਾਰੀ ਹੱਥ ਦੇ ਵਿੱਚ ਵੀ ਵੱਜ ਜਾਂਦੀ ਸੀ ਸੂਈ। ਪਰ ਉਹ ਸਪੀਕਰਾਂ ਵਾਲੇ ਦਾ ਇਸ ਵੀ ਜਦੋਂ ਬਰਾਤ ਜਾਣੀ ਹੁੰਦੀ ਸੀ, ਸਪੀਕਰਾਂ ਵਾਲਾ ਪਹਿਲਾਂ ਤੁਰ ਪੈਂਦਾ ਸੀ ਬਰਾਤ ਤੋਂ ਤੁਰ ਕੇ ਸਾਈਕਲ 'ਤੇ, ਜਿੱਥੇ ਬਰਾਤ ਜਾਣੀ ਹੁੰਦੀ ਉੱਥੇ ਜਾ ਕੇ ਪਹਿਲਾਂ ਸਪੀਕਰ ਲਾ ਦਿੰਦਾ ਸੀਗਾ ਆਪਣਾ, ਪਤਾ ਲੱਗਦਾ ਸੀ ਬਰਾਤ ਆ ਗਈ, ਇੱਕ ਵੱਖਰਾ ਜਿਹਾ ਮਾਹੌਲ ਹੁੰਦਾ ਸੀ। ਅੱਜ ਕੱਲ੍ਹ ਦੀ ਜੇ ਅੱਜ ਕੱਲ੍ਹ ਨੂੰ ਕੰਪੇਅਰ ਕਰੀਏ ਤਾਂ ਅੱਜ ਤੱਕ ਕੁਛ ਦਾ ਕੁਛ ਹੋਇਆ ਪਿਆ, ਅੱਜ ਕੱਲ੍ਹ ਤਾਂ ਵੀਡੀਓ ਦੀ ਗੱਲ ਕਰੀਏ, ਆਡੀਓ ਦੀ ਗੱਲ ਛੱਡੋ, ਗਾਣਿਆਂ ਦੀ ਗੱਲ ਛੱਡੋ, ਅਤੇ ਸਪੀਕਰ ਸਪੀਕਰਾਂ ਦੇ ਨਾਲ ਸਪੀਕਰ, ਫੋਨਾਂ ਦੇ ਨਾਲ ਤਾਰ ਵੀ ਲਾਉਣ ਦੀ ਲੋੜ ਨਹੀਂ ਹੈਗੀ, ਸਪੀਕਰ ਜੇ ਇੱਕ ਨਾਲ ਲੈ ਕੇ ਰੱਖ ਦਿਉ ਅਤੇ ਉਹ ਫੋਨ ਦੇ ਉੱਤੋਂ ਗਾਣਾ ਚਲਾ ਦਿਉ, ਤਾਂ ਉਹ ਬੜੀ ਵਧੀਆ ਵੱਡੀ ਆਵਾਜ਼ ਪੂਰੀ ਪਟਾਕੇ ਪਾਉਂਦੀ ਪੂਰੇ ਪੂਰੇ, ਉਹ ਅੱਜ ਕੱਲ੍ਹ ਸਮਾਂ ਚੱਲ ਪਿਆ। ਪਰ ਅਸੀਂ ਜ਼ਿਕਰ ਇਸ ਕਰਕੇ ਕਰਨਾ ਹੈ ਕਿ ਸਪੀਕਰਾਂ ਦਾ ਅੱਜ ਕੱਲ੍ਹ ਵੀ ਰਿਵਾਜ਼ ਹੈਗਾ, ਅੱਜ ਕੱਲ੍ਹ ਉਹਦੀ ਜਗ੍ਹਾ ਡੀਜੇ ਨੇ ਬੇਸ਼ੱਕ ਲੈ ਲਈ ਆ, ਪਰ ਫਿਰ ਵੀ ਪਿੰਡਾਂ ਦੇ ਵਿੱਚ, ਬਹੁਤੇ ਪਿੰਡਾਂ ਦੇ ਵਿੱਚ ਅਜੇ ਵੀ ਉਸ ਤਰ੍ਹਾਂ ਦਾ ਹੈਗਾ। ਉਹ ਵੱਖਰੀ ਗੱਲ ਹੈ ਵੀ ਪਹਿਲਾਂ ਉਹ ਮਸ਼ੀਨ ਹੁੰਦੀ ਸੀ, ਅਤੇ ਫਿਰ ਅੱਜ ਕੱਲ੍ਹ ਤਾਂ ਸਿੱਧਾ ਉਹ ਲਾ ਦਿੰਦੇ ਨੇ ਕੰਪਿਊਟਰ ਤੋਂ, ਜਾਂ ਉੱਦਾਂ ਹੀ ਲਾ ਕੇ ਲੈਪਟਾਪ ਤੋਂ ਜਾਂ ਫੋਨ ਤੋਂ ਗਾਣੇ ਲਾ ਕੇ ਉੱਤੇ ਲਾ ਦਿੰਦੇ ਨੇ। ਪਰ ਉਹ ਇੱਕ ਹੋਰ ਵੱਖਰਾ ਜਿਹਾ ਹੁੰਦਾ ਸੀਗਾ ਕਿ ਕਈ ਵਾਰੀ ਚਾਬੀ ਭਰਨੀ ਭੁੱਲ ਜਾਂਦਾ ਸੀ ਸਪੀਕਰਾਂ ਵਾਲਾ, ਅਤੇ ਫਿਰ ਉਹਦੀ ਆਵਾਜ਼ ਸਲੋ ਹੋ ਜਾਂਦੀ ਸੀ, ਸਲੋ ਹੋ ਜਾਂਦੀ, ਇੱਕਦਮ ਫਿਰ ਚਾਬੀ ਭਰਨਾ ਜੀ, ਫਿਰ ਤੇਜ਼ ਹੋਈ, ਕੋਠੇ ਸਪੀਕਰ ਲਾਈ ਰੱਖਣਾ ਨਹੀਂ ਅਸੀਂ ਕੋਠੇ 'ਤੇ। ਇਹ ਚੀਜ਼ਾਂ ਨਾ ਮੈਂ ਅੱਜ ਸੋਚ ਸੋਚ ਕੇ ਮੈਂ ਕਿਹਾ ਚਲੋ ਇਹੀ ਸਾਂਝੀਆਂ ਕਰਦੇ, ਮੈਂ ਆਰਟੀਕਲ ਵੀ ਕਿਤੇ ਪੜ੍ਹ ਰਿਹਾ ਸੀ ਵੀ ਕੋਠੇ ਸਪੀਕਰ ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨਾ, ਇੱਕ ਵਾਜੀ ਇੱਕ ਵਾਰੀ ਵਾਜੇ ਵੱਜ ਗਏ ਮੁੜ ਕੇ ਵੱਜਣੇ ਨਾ, ਗੁਰਦਾਸ ਮਾਨ ਸਾਹਿਬ ਦਾ ਗੀਤ ਹੈਗਾ ਪਿੰਡ ਦੀਆਂ ਗਲੀਆਂ ਦਾ। ਸੋ ਇਹ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਮੇਰੇ ਖਿਆਲ ਕਾਲਾਂ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਵਿਚਾਰ ਜਾਣਦੇ ਹਾਂ ਕੀ ਕਹਿਣਾ ਚਾਹੁੰਦੇ ਉਸ ਮਾਹੌਲ ਬਾਰੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਇਸ ਧਿਆਨ ਮੇਰੇ ਖਿਆਲ ਕਿਉਂਕਿ ਮੈਂ ਅਕਸਰ ਇਸ ਬ੍ਰੇਕ ਤੋਂ ਬਾਅਦ ਕਾਲਾਂ ਲੈਂਦਾ ਹੁੰਦਾ, ਅਤੇ ਚਲੋ ਕੋਈ ਨਹੀਂ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਉਹ ਕਹਿੰਦੇ ਨਾ ਵੀ ਸ਼ੇਰ ਆਇਆ ਵਾਲੀ ਜਿਹੜੀ ਕਹਾਣੀ, ਉਹ ਤਾਂ ਇਹ ਇੱਥੋਂ ਹੀ ਇਹੋ ਜਿਹੀਆਂ ਗੱਲਾਂ ਤੋਂ ਬਣੀ ਆ। ਹੁਣ ਮੇਰੇ ਨਾਲ ਵੀ ਸ਼ੇਰ ਆਇਆ ਵਾਲੀ ਹੋ ਗਈ, ਕਿ ਪਤਾ ਵੀ ਸਭ ਨੂੰ ਕਿ ਮੈਂ ਬ੍ਰੇਕ ਤੋਂ ਬਾਅਦ ਕਾਲਾਂ ਲੈਂਦਾ ਹੁੰਦਾ ਇਸ ਕਰਕੇ, ਅਤੇ ਉਹ ਕਾਲਾਂ ਹੁਣ ਮੈਂ ਕਰ ਰਿਹਾ ਅਤੇ ਉਹ ਫੋਨ ਚੱਕਿਆ ਨਹੀਂ ਹੈਗਾ। ਅਤੇ ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਮੇਰਾ ਖਿਆਲ ਅਨਜਾਨ ਸਾਹਿਬ ਦੀ ਕਾਲ ਹੈ, ਸਰਦਾਰ ਰਾਜਨ ਸਿੰਘ ਜੀ ਅਨਜਾਨ ਸਾਹਿਬ। ਹੈਲੋ ਹੈਲੋ ਜੀ, ਹਾਂਜੀ ਹਾਂਜੀ, ਪੈਰੀ ਪੈਣਾ ਜੀ, ਮੈਂ ਕਿਹਾ ਤੁਹਾਡੀ ਕਾਲ ਆ, ਮੈਂ ਕਰ ਰਿਹਾ ਸੀ ਮਾੜਾ ਜਿਹਾ ਹੋਲਡ ਰੱਖੋ, ਮੈਂ ਹੈਲੋ ਹੈਲੋ ਕਰ ਰਿਹਾ ਸੀਗਾ ਅਤੇ ਤੁਹਾਡਾ ਸ਼ਾਇਦ ਧਿਆਨ ਫਿਰ ਟੀ ਵੀ ਵੱਲ ਹੋਏਗਾ। ਹਾਂਜੀ ਅਨਜਾਨ ਸਾਹਿਬ ਜੀ, ਹਾਂਜੀ, ਕੀ ਹਾਲ ਚਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਪਿਆਰਿਓ, ਆਪ ਨੂੰ ਦਰਸ਼ਕਾਂ ਨੂੰ ਜੀ ਜੀ ਬਹੁਤ ਬਹੁਤ ਜੀ ਸਵਾਗਤ ਤੁਹਾਡਾ ਜੀ। ਹਾਂਜੀ, ਦੇਸ਼ ਪੰਜਾਬ ਹੋਵੇ ਜੀ, ਹੱਥ 'ਚ ਰਬਾਬ ਹੋਵੇ,
ਨਾਨਕ ਦਾ ਰਾਗ ਹੋਵੇ ਫੇ ਕਿਤੇ ਨਾ ਹਿਸਾਬ ਹੋਵੇ। ਜੀ ਬਿਲਕੁਲ ਬਿਲਕੁਲ। ਇੱਕ ਸਮੇਂ ਏਦਾਂ ਹੀ ਆਉਂਦੇ ਹਾਂ, ਇੱਕ ਪੁਰੋਹਿਤ ਸਾਹਿਬ ਕਥਾ ਬੜੇ ਨਿਆਰੇ ਢੰਗ ਨਾਲ ਕਰਦਾ ਸੀ ਜੀ। ਬਾਕੀ ਤੇ ਲਾਈਟਾਂ ਨਾਲ ਕਰਦੇ ਸੀ ਹੋਰ ਦੀਵਿਆਂ ਬਾਅਦ, ਉਹ ਏਦਾਂ ਕਰਦਾ ਸੀ, ਬਿੱਲੀ ਉਹਦੇ ਕੋਲ ਹੁੰਦੀ ਸੀ ਤੇ ਚੰਗਾ ਤਵੈਲ ਭਾ ਕੇ ਪਹਿਲਾਂ ਤੇ ਉੱਤੇ ਘੇਰਾ ਜਗਾ ਕੇ ਦੀਵਾ ਤੇ ਬਿੱਲੀ ਦੇ ਸਿਰ ਤੇ ਰੱਖ ਲੈਂਦਾ ਸੀ। ਅੱਛਾ ਜੀ। ਤੇ ਬਿੱਲੀ ਐ ਟੇਕ ਕੇ ਬੈਠੀ ਰਹਿੰਦੀ ਸੀ, ਜਿੰਨਾ ਚਿਰ ਕਥਾ ਹੁੰਦੀ ਸੀ ਹਿੱਲਦੀ ਨਹੀਂ ਸੀ ਜੀ। ਤੇ ਉੱਥੇ ਫਿਰ ਮੇਰੇ ਵਰਗਿਆਂ ਨੇ ਮੈਂ ਥੱਕ ਕੇ ਕਦੇ ਇਹਨੂੰ ਗੋਡੇ ਮਾਰ ਕਦੇ ਉਹਨੂੰ ਮਾਰ, ਤੇ ਉਹਨਾਂ ਕਹਿਣਾ ਉਹ ਕੀ ਤੁਸੀਂ ਤੇ ਵਾਸੇ ਵੱਟਦੇ ਫਿਰਦੇ ਆ, ਬਿੱਲੀ ਕਿੱਦਾਂ ਤੁਹਾਡੇ ਆ, ਬਿੱਲੀ ਇੱਕ ਜਾਨਵਰ ਆ, ਬਿੱਲੀ ਚੰਗੀ, ਤੁਸੀਂ ਬਿੱਲੀ ਨਾਲ ਗਏ ਗੁਜਰੇ ਜੀ। ਉਹਨੇ ਏਦਾਂ 2-4 ਵਜੇ ਤੇ ਇੱਕ ਦਿਨ ਕੇ ਫਿਰ ਸਿਆਣੇ ਨੇ ਉੱਤਰ ਦੇਣ ਲਈ ਉਹਦੇ ਸੋਚ ਲਿਆ। ਉਹ ਘਰੋਂ ਚੂਹਾ ਫੜ ਕੇ ਰੁਮਾਲ ਚ ਲਪੇਟ ਕੇ ਲੈ ਆਇਆ ਜੀ, ਤੇ ਆ ਕੇ ਸਾਹਮਣੇ ਬਹਿ ਗਿਆ ਬਿੱਲੀ ਦੇ। ਅੱਛਾ ਜੀ। ਤੇ ਕਥਾ ਹੁੰਦੀ ਰਹੀ, ਕਥਾ ਹੁੰਦੀ ਰਹੀ, ਤੇ ਜਦੋਂ ਬਾਬੇ ਹੋਣਾ 2-4 ਗਹਿਮਾ ਗਹਿਮ ਹੋਈ ਕਿਹਾ, ਤੇ ਉਹਨੇ ਸਹਿਜ ਨਾ ਬਿੱਲੀ ਦੇ ਮੋਹਰੇ ਵੱਲ ਨੂੰ ਕਰਕੇ ਤੇ ਚੂਹਾ ਛੱਡ ਦਿੱਤਾ ਜੀ। ਤੇ ਫਿਰ ਦੀਵਾ ਕਿਧਰੇ, ਬਾਬੇ ਹੋਣੀ ਕਿਧਰੇ, ਚੰਗਲ ਕਿਧਰੇ, ਸਾਰੇ ਲਾਲਾ ਲਾਲਾ ਹੋ ਗਈ ਜੀ। ਤੇ ਏਦਾਂ ਵੀ ਆ, ਨਵੇਂ ਤੋਂ ਨਵੇਂ ਢੰਗ ਵੀ ਸੋਚਦੇ ਆ ਬਿਲਕੁਲ ਜੀ, ਹਰ ਪਾਸੋਂ ਜਿਹੜਾ ਕਰਨਾ। ਜਿਹੜੀ ਮਹਾਂਪੁਰਸ਼ਾਂ ਦੀਆਂ ਗੱਲਾਂ ਹੁੰਦੀਆਂ ਉਹ ਨਿਆਰੀਆਂ ਹੁੰਦੀਆਂ, ਉਹਨਾਂ ਦੇ ਸ਼ਬਦਾਂ ਚ ਬੜਾ ਬਰਕਤ ਹੁੰਦੀ ਆ। ਬਿਲਕੁਲ ਜੀ ਬਿਲਕੁਲ ਬਿਲਕੁਲ ਜੀ, ਉਹਨਾਂ ਦੀਆਂ ਡੂੰਘੀਆਂ ਗੱਲਾਂ ਹੁੰਦੀਆਂ ਅਸੀਂ ਕਹਿ ਸਕਦੇ ਹਾਂ। ਭਗਤ ਪੂਰਨ ਸਿੰਘ ਨੇ ਆਪਦੀ ਕਿਤਾਬ ਵਿੱਚ ਲਿਖਿਆ ਇੱਕ ਤਾਂ ਜੀ, ਮੈਂ ਆਪ ਦੇ ਸੇਵਾ ਕੇਂਦਰ ਵਿੱਚ ਵੜਿਆ ਕਹਿੰਦਾ ਆਪਦੇ ਸਿੰਘ ਜੀ, ਤੇ ਮੇਰੇ ਮਗਰੇ ਇੱਕ ਮਟਿਆਰ ਵੜ ਗਈ ਕਹਿੰਦਾ ਜੀ, ਤੇ ਉਹ ਜੇ ਉਹ ਖੜ ਕੇ ਮੈਂ ਖੜਾ ਹੋ ਤੇ ਉਹ ਖੜੇਗਾ, ਤੇ ਉਹ ਮੁੜ ਕੇ ਆਪਦੇ ਇਰਾਦੇ ਨਾਲ ਹਮਾਨੀਆਂ ਗੱਲਾਂ ਕਰਨ ਲੱਗ ਗਈ ਜੀ। ਤੇ ਮੈਂ ਕਿਹਾ ਤੇ ਹੁਣ ਮੈਂ ਕੀ ਕਰਾਂ ਬਈ ਜੀ। ਮੈਂ ਕਹਿੰਦਾ ਫਿਰ ਮੈਂ ਉੱਚੀ ਬਾਹਾਂ ਕਰਕੇ ਤੇ ਉੱਚੀ ਉੱਚੀ ਆਵਾਜ਼ਾਂ ਸ਼ਹਿਨਸ਼ਾਹ ਦੇ ਨਾਂ ਨੂੰ ਲੈਣ ਲੱਗਿਆ, ਧੰਨ ਗੁਰੂ ਰਾਮਦਾਸ ਸਾਹਿਬ ਜੀ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ, ਇਹ ਆਵਾਜ਼ਾਂ ਦਿੱਤੀਆਂ। ਫਿਰ ਮੈਂ ਦੂਜੀ ਵਜੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੀ। ਅੰਜਾਲ ਦਾ ਬ੍ਰੇਕ ਲੈਣੀ ਪੈਣੀ ਜੇ ਤਾਂ ਗੱਲ ਲੰਬੀ, ਤੇ ਫਿਰ ਆਪਾਂ ਬ੍ਰੇਕ ਲੈ ਲਈਏ ਬਾਅਦ ਚ ਗੱਲ ਕਰਦੇ ਹਾਂ। ਗਾਲੀ ਮੋਕੀ ਜੀ ਜੀ ਪਲੀਜ਼। ਤੇ ਬਸ ਜਦੋਂ ਏਦਾਂ ਮੈਂ 10 ਵਜੇ ਆਵਾਜ਼ਾਂ ਦਿੱਤੀਆਂ ਤੇ ਮੁੜ ਕੇ ਮੈਂ ਪਾਸਾ ਵੱਟ ਕੇ ਦੇਖਿਆ ਤੇ ਉਹ ਆਪੇ ਹੀ ਕਿਤੇ ਉੱਡ ਗਈ ਪਈ। ਇਹ ਆ ਬਰਕਤਾਂ ਜੱਬ ਦੇ ਪਿਆਰੇ, ਜਦੋਂ ਮਾਮਲੇ ਪੈਂਦੇ ਤੇ ਹੱਲ ਵੀ ਹੁੰਦੇ ਆ। ਬਿਲਕੁਲ ਜੀ, ਬਹੁਤ ਮਿਹਰਬਾਨੀ, ਮੈਂ ਮੁਆਫੀ ਚਾਹੁੰਦਾ ਅੰਜਾਨ ਸਾਹਿਬ, ਮੁਆਫੀ ਚਾਹੁੰਦਾ ਕਿਉਂਕਿ ਬ੍ਰੇਕ ਦਾ ਸਮਾਂ ਕਾਫੀ ਅੱਗੇ ਲੰਘ ਗਿਆ ਸੀਗਾ, ਇਸ ਕਰਕੇ ਬ੍ਰੇਕ ਲੈਣੀ ਪਈ ਹੈ, ਮੈਨੂੰ ਵਿੱਚੋਂ ਟੋਕਣਾ ਪਿਆ, ਇਸ ਗੱਲ ਦੀ ਮੁਆਫੀ ਚਾਹੁੰਦਾ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀ ਕਾਲ ਲਾਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ, ਅਤੇ ਯਾਦਾਂ ਤਾਜ਼ੀਆਂ ਕਰ ਰਹੇ ਆਪਾਂ ਪਿੰਡਾਂ ਦੀਆਂ, ਖਾਸ ਤੌਰ 'ਤੇ ਪਿੰਡਾਂ ਦੇ ਵਿਆਹਾਂ ਦੀਆਂ ਪੁਰਾਣੀਆਂ, ਅਤੇ ਵਿਆਹਾਂ ਦੇ ਵਿੱਚ ਵੱਜਦੇ ਸਪੀਕਰਾਂ ਦੀਆਂ ਕੀ ਯਾਦ ਤਾਜ਼ਾ ਕਰਨੀ ਚਾਹੁੰਦੇ ਹੋ, ਕਿਹੜਾ ਗੀਤ ਉਦੋਂ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਸੀ। ਪਹਿਲਾ ਗੀਤ ਤਾਂ ਹਰ ਸਪੀਕਰ ਦੇ ਵਿੱਚ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਹੀ ਹੁੰਦਾ ਸੀ, ਉਸ ਤੋਂ ਬਾਅਦ ਕਾਫੀ ਧਾਰਮਿਕ ਗੀਤਾਂ ਤੋਂ ਬਾਅਦ ਫਿਰ ਕੰਮ ਸ਼ੁਰੂ ਹੋ ਜਾਂਦਾ ਸੀ, ਜਿਹੜੇ ਆਮ ਗੀਤ ਸੀਗੇ ਚੱਲਦੇ, ਮੁਹੰਮਦ ਸਦੀਕ ਉਹਨਾਂ ਦੇ ਉਦੋਂ ਅਖਾੜੇ ਹੁੰਦੇ ਸੀਗੇ, ਕਰਮਜੀਤ ਧੂਰੀ ਉਹਨਾਂ ਦੇ ਹੁੰਦੇ ਸੀ। ਕੀ ਕਹਿਣਾ ਚਾਹੁੰਦੇ ਹੋ, ਕਾਲ ਲੈਂਦੇ ਤੁਹਾਡੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। 408 ਏਰੀਆ ਕੋਡ ਤੋਂ ਫੋਨ ਆ ਜੀ। ਹੈਲੋ ਗੁਰਵਿੰਦਰ ਸਿੰਘ ਜੀ, ਹੈਲੋ, ਧਿਆਨ ਮੈਂ ਬੇਨਤੀ ਕਰਦਾ ਜੀ, ਫੋਨ ਵੱਲ ਰੱਖਣਾ ਪੈਣਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ? ਫਿਰ ਕਿਹੜੇ ਸਪੀਕਰਾਂ ਤੇ ਗਾਣੇ ਸੁਣਦੇ ਹੁੰਦੇ ਜੀ ਆਮ ਤੌਰ 'ਤੇ ਜੀ? ਸਪੀਕਰਾਂ ਦੇ ਗਾਣੇ ਤਾਂ ਉਦੋਂ ਪੁਰਾਣੇ ਸੁਣਦੇ ਹੁੰਦੇ ਸੀਗੇ, ਤੇ ਉਦੋਂ ਸੂਈ ਕਿਵੇਂ ਟੁੱਟ ਜਾਂਦੀ ਸੀ ਜਾਂ ਚਾਬੀ ਲਾਉਣਾ ਭੁੱਲ ਜਾਂਦੇ ਸੀ, ਸਲੋ ਹੋ ਜਾਂਦਾ ਸੀ ਗਾਣਾ ਬਹੁਤ।
हाँ जी हाँ जी हाँ जी। अच्छा जड़िया सुइया न्याणे चुकते सी ओदा की करदे होणगे, सुइया नू की करदे सी? जी पता नहीं की करते होंगे। मतलब थोड़ी सेफ वाली गल आई भी पैसे सेफ कितना रखते थे, मतलब बड़ा हादसा आया जो सेफ तो जो पहली बार इंडिया तो आए है ना, तो $500 पासपोर्ट से चढ़ जाता है। अच्छा जी। अभी वो ना फिर बाकी 500 नाल होल्ड होना पैदा है जिदा पहुंचन अमेरिका। वो असि है ना जो महामारी 500 डबल की एंट्री मिले, तो जो को 1,000 होंगे 30 दिन की एंट्री मिली। अच्छा वो हम जो सारे पैसे चलो मेरे को जो हफ्ते अपने घर आने गल है, वो तो खेत नहीं है सारे ना एक कम हो। जी। मेरी माता ने ना पैसे कच्चे सी अच्छा 500 डॉलर अच्छा तो जब देखिया भी 500 1,000 वाले 30 दिन की एंट्री मिलती, मैं मालूम गया आके फिर कितने दिखाया भाई मेरे को 1,000 डॉलर लिया। जी काला ना हसे, जी मैं उन्हें देखा नोट बड़े पुठे सीधे। ये वैसे ना हुण तां चलो पैसे तां रिवाज ही चले गया भी सारा कुछ कार्ड दे विच ही हैगा, भी कैश रखण दी बड़ी लोड़ पैंदी नहीं, पर वो समां एक वक्खरा हुंदा सी। चलो बड़ी मेहरबानी तुसीं, पुराना समां। हाँ जी उदो पैसा बहुत घट हुंदा सीगा, उदो 8.5 रुपये नू लीगल डॉलर हुंदा, 9.5 रुपये नू जी हुंदा ही ब्लैक डॉलर। जी 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 चलो मेहरबानी हाँ जी, जी हाँ बहुत जी हाँ मेहरबानी, बहुत मेहरबानी। हेलो हेलो जी, सत श्रीकाल। देखो जी ये कॉल में हाँ तीजी। जी सत श्रीकाल जी, सत श्रीकाल। मैं 2-3 बारी ऑन की कॉल तुहाडी, फिर मिला था कनेक्टिविटी की प्रॉब्लम थी। हाँ जी हाँ जी सर, की कौन बोल रहे हैं? हाँ जी, करविंदर सिंह प्रिंस बोल रहे हैं। हाँ जी हाँ जी प्रिंस साहब, माड़ा जिहा होल्ड रखियो, माड़ा जिहा होल्ड रखियो हुण फोन, तो आपां गलबात। हाँ जी प्रिंस साहब, की कहना चाहुंदे प्रिंस जी? हाँ जी ठीक है जी, अपना सुनाओ। हाँ जी हाँ जी हाँ जी, तुहाडी कॉल ऑन एयर हैगी है जी, लाइव लगी हुई, की कहना चाहुंदे? हाँ जी, मैं यही पूछना सीगा कि वो जिहड़ी तुसी फोटो जिदा ली सी, वो तुसी फोटो दिखाई सी, वो मिला था रिक्शा सीगा तो उत्थे डब्बे सीगे, वो तुसी फोटो मुड़ के फिर दिखा सकदे हैं? दिखा दांगे जी, दिखा दांगे रेहड़ी दे उपर लदे हुए डब्बे। अच्छा पुरानी कोई पंजाब दी याद स्पीकरां दी, कोई केड़ा गाना पसंद हुंदा सी, है आइडिया कोई? हेलो अच्छा, पुरानी याद स्पीकर दे। स्पीकर दे दो, सुइयां मशीन नू वो दिंदे हुंदे सी, चाबी भरदे हुंदे सीगे जां इहो जिहा कुछ? मैं भाजी जिदा मैं हजे 20 क सालों का ही हाँ, मैंने अच्छा कोई अच्छा पुरानी चलो गल तो याद चलो नहीं हो। चलो, तुसी मैं तुहाडी जानकारी वास्ते दस देवां कि जिवें अज कल एंटरटेनमेंट दे साधन तां बहुत ने, फोन ते ही एंटरटेनमेंट हो जांदा। पहले समयां दे विच विआहां दे विच जिवें फोटो दिखाई सी, स्पीकर जोड़ के उपर मंजे दे कोठे दे उपर दो मंजे जोड़ के फिर स्पीकर लगते सीगे, एक मशीन हुंदी सी उहनूं चाबी भर के उच सूई हुंदी सी, रिकॉर्ड लगदा हुंदा सी, तो वो फिर एंटरटेनमेंट दा साधन हुंदा सी। बहुत मेहरबानी तुहाडी कॉल करन लई। हैलो हैलो, हेलो जगी साहब, हाँ जी हाँ जी, सत श्रीकाल जी। सत श्री अकाल। तो बहुत समान लगते हो, वाह जी पग सोहनी लगती है, 50 सोहनी लगती है, 250 सोहनी लगती है, थैंक बहुत यू वधिया दिखाते हो तुसी। जी। ये जिहड़ी फोटो दिखाई है ना, हाँ जगी हाँ साहब, जी हाँ जी हाँ जी, बोलो जी। ये फोटो ना असि छोटिया छोटिया होंगे सी, मैं तुहानू 70 साल की गल दस दें, 70 साल अच्छा। अच्छा 70 साल दी, 70 साल हो गए जी। ते उदों साडे असीं पढ़दे हुंदे आ सी, साडे पंचायत दा रेडगा हुंदा सी, पंचायत दा अच्छा जी स्पीकर अच्छा लगे हुंदे सी, ते अच्छा जी, खबरां दूरदर्शन तों आउंदे हुंदे सी, ते ओहो सारे पिंड दी खबरां सुणदे हुंदे सी गुरुद्वारे दे विच। क्या ते बात है। अज वी साडे पिंड जे किसे मरग दा भोग आ तां वी स्पीकर लगदा। नहीं, एक तो गुरु घर दे विच चलो स्पीकर हुंदे सी, एक जिहड़े विआहां दे विच लगदे सी ओहदे वाले अपने हाँ चाबी जी, भर ब्याह देंदे च नहीं, सी, ब्याह च नहीं, ब्याह च वो डीजे चलता, हुण तां डीजे चल डीजे। पए। चलो ते जे अगे अगे आ हुंदा सी ना, जे जिवें पर रोटी पकाउण वाला हुंदा ना, तबक्का आ जा, ओहे तवे हुंदे सी। ओहो जे रिकॉर्ड, साडे पिंड हजे भी ओ मुंडे कोले हैगे आ, बहुत बहुत लोगों को है, मेरे को पै गई इतने 2-3, मेरे को मशीन भी सी पर वो हाँ जी हाँ जी। मशीन डिग के टुट गई। ਤੇ ਪੁਰਾਣੇ ਸਮੇਂ ਦੀ ਗੱਲ ਆ, ਫਿਰ ਤੁਸੀਂ ਕਿਸੇ ਦੀ ਪੈਸਾ ਦੀ ਗੱਲ ਹਾਂ ਹੈ ਜੀ ਨਾ, ਪੈਸਾ ਨਹੀਂ, ਹਾਂ ਜੀ ਪੈਸੇ ਕਿਹੜੇ ਪਰਸ ਹੁੰਦੇ ਸੀ, ਅਸੀਂ ਮੇਲਾ ਦੇਖਣ ਜਾਂਦੇ ਹਾਂ ਦੀਨੇ, ਹੈ ਨਾ ਦੀਨੇ ਸਾਹਿਬ, ਤੇ ਚਾਰੇ ਭਾਣਾ ਜਾਂਦੇ, 1 ਰੁਪਈਆ ਦਿੰਦਾ ਹੁੰਦਾ ਸੀ ਬਾਪੂ ਸਾਡਾ, ਅੱਛਾ ਤੇ 1 ਪੈਸੇ ਦੇ ਆ ਜਾਂਦੇ ਸੀ, ਇੰਨੇ ਪਤੌੜ ਬਤੂੜ, ਜੀ ਹੈ। ਜੀ ਜੀ ਫਿਰ ਅਸੀਂ ਕਾਂਗੜ ਵਿਸਾਖੀ ਦੇਖਣ ਜਾਂਦੇ ਹਾਂ, ਤੁਰ ਜੀ ਕੇ ਜਾਂਦੇ ਹੁੰਦੇ ਸੀ ਉਦੋਂ ਵੀ,
ਤੇ ਉਦੋਂ ਪੁਰਾਣੇ ਸਮੇਂ 'ਚ ਕੋਈ ਬਾਹਰ ਪੈਸੇ ਦਾ ਰੱਖਦਾ ਨਹੀਂ ਸੀ, ਪਰ ਪਿਆਰ ਬਹੁਤ ਸੀ ਦਿੱਲੀ ਸਾਹਿਬ, ਤੇ ਪਿਆਰ ਤਾਂ ਜਿਨ੍ਹਾਂ ਦੇ ਘਰ ਹੈ ਅੱਜ ਵੀ ਹੈਗਾ। ਬਿਲਕੁਲ ਜੀ ਬਿਲਕੁਲ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਮਿਹਰਬਾਨੀ ਕਾਲ ਕਰਨ ਵਾਸਤੇ ਤੁਹਾਡਾ, ਬਹੁਤ ਧੰਨਵਾਦ ਜੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਕਾਲ ਲਾਈਵ ਲੱਗੀ ਹੋਈ ਜੀ, ਕੌਣ ਬੋਲ ਰਹੇ ਜੀ? ਜੀ ਮੈਂ, ਹਾਂ ਜੀ ਜਗਤਾਰ ਸਿੰਘ ਬੋਲ ਰਿਹਾ ਜੀ, ਮੈਂ, ਤੁਸੀਂ ਕੌਣ ਬੋਲ ਰਹੇ ਜੀ? ਤੁਹਾਡੀ ਕਾਲ ਲਾਈਵ ਲੱਗੀ ਹੋਈ ਹੈ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਜੱਗੀ ਜੀ ਸਤਿ ਸ਼੍ਰੀ ਅਕਾਲ, ਤੁਸੀਂ ਈਸਟਰਨ ਕੋਸਟ ਤੋਂ ਵੈਸਟ ਕੋਸਟ ਵੱਲ ਮੂਵ ਹੋ ਗਏ ਜੀ, ਮੈਂ ਵਰਜੀਨੀਆ ਤੋਂ ਬੋਲਦਾ। ਅੱਛਾ ਜੀ, ਤੁਹਾਨੂੰ ਬੜੇ ਚਿਰ ਤੋਂ ਜਾਣਨਾ, ਰਿਆੜ ਸਾਹਿਬ ਨਾਲ ਵੀ ਆਏ ਸੀ ਤੁਸੀਂ ਸੈਂਟਰ ਵੇਲ, ਹਾਂ ਤੇ ਮੈਂ ਫੋਲੋ ਕਰ ਰਿਹਾ। ਪਰ ਆ ਜਿਹੜੀ ਤੁਸੀਂ ਇੱਕ ਵੀਡੀਓ ਵਿਖਾਈ ਸੀ ਨਾ ਪਹਿਲੇ, ਜੈਮ ਵਾਲਾ ਪਾਉਂਦੇ ਹੋਏ, ਤੇ ਤੁਸੀਂ ਕਿਹਾ ਬ੍ਰੇਕ ਤੋਂ ਜਾਣ ਤੋਂ ਪਹਿਲੇ ਵੀਡੀਓ ਵੇਖੋ, ਮੈਂ ਬਾਅਦ ਚ ਆ ਕੇ ਦੱਸੂ, ਤੁਸੀਂ ਬਾਅਦ ਚ ਦੱਸਿਆ ਨੀ, ਕੋਈ ਹੋਰ ਗੱਲਾਂ ਵਾਲੀ ਪੈ ਗਈ, ਵੀਡੀਓ ਬਾਰੇ ਦੱਸਿਆ ਹੀ ਨਹੀਂ। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਆ ਦੇਖੋ ਜੀ, ਇਹ ਹੁੰਦੀ ਗੱਲ, ਦੇਖੋ ਯਾਦ ਕਰਾ ਤਾ ਮੈਂ, ਅਸਲ 'ਚ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਹੀ ਮੈਨੂੰ ਦੱਸਣਾ ਚਾਹੀਦਾ ਸੀਗਾ ਵੀ ਅਸਲ 'ਚ ਦੋ ਵੀਡੀਓ ਜਿਹੜੀਆਂ ਹੈਗੀਆਂ ਤਹਾਂ ਚਾੜ ਰੱਖੇ ਸੀ ਉਹਨਾਂ ਨੇ, ਮੁੰਡਾ ਅਤੇ ਕੁੜੀ, ਵੀਡੀਓ ਵਾਲੇ ਨੇ, ਮਤਲਬ ਜਿਹੜਾ ਵੀਡੀਓ ਫੋਟੋਆਂ ਖਿੱਚਣ ਵਾਲਾ ਜਾਂ ਵੀਡੀਓ ਬਣਾਉਣ ਵਾਲਾ, ਉਹਨੇ ਤਹਾਂ ਚਾੜ ਰੱਖੇ ਸੀਗੇ, ਅਤੇ ਉਹ ਤਹਾਂ ਜਿਹੜੇ ਹੈਗੇ ਨੇ ਪਲੇਟਫਾਰਮ ਜਿਹੜਾ ਵੀ ਉੱਚਾ ਬਣਾਇਆ ਸੀਗਾ, ਇਹ ਰਿਵਾਜ਼ ਹੈਗਾ ਉੱਪਰ ਜਾ ਕੇ, ਨਾਲ ਦੇਖੀ ਹੋਊ ਸਾਡੇ ਦਰਸ਼ਕ ਨੇ, ਕਰੇਨ ਲਾਈ ਹੋਈ ਸੀ ਨਾਲ, ਉੱਚਾ ਕੈਮਰਾ ਕਰੇਨ 'ਤੇ ਲਾਇਆ ਸੀ, ਆਪ ਉੱਥੇ ਬੰਦਾ ਬੈਠਾ ਸੀ, ਉਹ ਜਦੋਂ ਉਤਰਨ ਲੱਗੇ ਸੀ ਦੋਨੋਂ ਹੀ, ਤਾਂ ਦੋਨੋਂ ਹੀ ਪਲੇਟਫਾਰਮ 'ਚ ਡਿੱਗ ਪਏ, ਦੂਜੀ ਬਾਅਦ ਵਾਲੀ ਜਿਹੜੀ ਆ ਉਹਦੀ ਤਾਂ ਮੇਰੇ ਖਿਆਲ ਲੱਤ ਬਾਂਹ ਬਚ ਗਈ ਹੈ, ਤਾਂ ਪਹਿਲੀ ਜਿਹੜੀ ਸੀ ਜੋੜੀ ਉਹਦੀ ਲੱਤ ਬਾਂਹ ਟੁੱਟੀ ਹੋ ਸਕਦੀ ਹੈ। ਸੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੁਹਾਡੇ ਨਾਲ, ਵੈਸੇ ਚਲੋ ਸਾਰੀਆਂ ਹੀ ਗੱਲਾਂ ਬਾਤਾਂ ਸਾਂਝੀਆਂ ਕਰੀਦੀਆਂ, ਅਤੇ ਪਰ ਪਿੰਡਾਂ ਦੀ ਅੱਜ ਖਾਸ ਤੌਰ 'ਤੇ ਗੱਲਬਾਤ ਕਰੀਦੀ ਹੈ, ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਫਿਰ ਉਹ ਹਾਸਲ ਹੁੰਦੀ ਹੈ ਜਦੋਂ ਪਿੰਡਾਂ ਦੀ ਗੱਲ ਕਰਦੇ ਹਾਂ, ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਪਿੰਡਾਂ ਦੀਆਂ ਪਤਾ ਲੱਗਦੀਆਂ। ਸਪੀਕਰਾਂ ਦੀ ਜਿਹੜੀ ਆਪਾਂ ਗੱਲ ਕੀਤੀ ਹੈ, ਸਪੀਕਰਾਂ ਦਾ ਇੱਕ ਵੱਖਰਾ 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 ਮਾਹੌਲ, ਵੱਖਰਾ ਨਜ਼ਾਰਾ ਹੁੰਦਾ ਸੀਗਾ ਪਿੰਡਾਂ ਦਾ। ਸੋ ਆਹ ਮੈਨੂੰ ਬੜਾ ਚੰਗਾ ਲੱਗਿਆ, ਸਾਡੇ ਨੌਜਵਾਨ ਇੱਕ ਉਹਨੇ ਕਾਲ ਕੀਤੀ ਅਤੇ ਉਹਨੂੰ ਜਦੋਂ ਦੱਸਿਆ ਤਾਂ ਉਹ ਜ਼ਰੂਰ ਕੋਸ਼ਿਸ਼ ਕਰਨਗੇ ਦੇਖਣ ਦੇ ਵੀ ਪਹਿਲਾਂ ਐਂਟਰਟੇਨਮੈਂਟ ਦੇ ਸਾਧਨ ਕੀ ਹੁੰਦੇ ਸੀਗੇ, ਅੱਜ ਕੱਲ੍ਹ ਤਾਂ ਵੀਡੀਓ ਗੇਮਾਂ ਇੰਨੀਆਂ ਆ ਗਈਆਂ, ਤਾਂ ਪਹਿਲਾਂ ਤਾਂ ਫਿਰ ਗੁੱਲੀ ਡੰਡਾ ਹੁੰਦਾ ਸੀ ਜਾਂ ਫਿਰ ਲੀਲਾਂ ਦੀ ਬਣਾ ਕੇ ਬੋਲ, ਉਹ ਵੀ ਸ਼ਾਇਦ ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ, ਉਹ ਵੀ ਜਦੋਂ ਖੇਡਦੇ ਹੁੰਦੇ ਸੀਗੇ, ਕੋਈ ਬੋਲ ਲਿਆਉਣ ਜੋਗੇ ਪੈਸੇ ਨਹੀਂ ਹੁੰਦੇ ਸੀਗੇ, ਅਤੇ ਘਰ ਦੇ ਵਿੱਚ ਹੀ ਲੀਲਾਂ ਇਕੱਠੀਆਂ ਕਰਕੇ ਜਾਂ ਪੁਰਾਣੇ ਕੱਪੜੇ ਇਕੱਠੇ ਕਰਕੇ ਅਤੇ ਬੋਲ ਬਣਾ ਲੈਂਦੇ ਸੀਗੇ। ਸੋ ਇਹਦੇ ਬਾਰੇ ਗੱਲਬਾਤ ਕਰਾਂ, ਇਹ ਕਾਲਾਂ ਤੁਹਾਡੀਆਂ ਕਾਫੀ ਸਾਰੀਆਂ ਆਈਆਂ ਹੋਈਆਂ, ਪਰ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸਟ ਜੈਡ। ਬ੍ਰੇਕ ਤੋਂ ਬਾਅਦ ਜੀ ਫਟਾਫਟ ਚੱਲਦੇ ਹਾਂ ਕਾਲਾਂ ਵੱਲ, ਤੇ ਜਾਣਦੇ ਹਾਂ ਤੁਹਾਡੇ ਵਿਚਾਰ, ਕੀ ਯਾਦਾਂ ਨੇ ਪੰਜਾਬ ਦੀਆਂ, ਕੀ ਯਾਦਾਂ ਨੇ ਵਤਨ ਦੀਆਂ। ਹੈਲੋ ਹੈਲੋ ਜੀ, ਬੇਨਤੀ ਮੇਰੀ ਫਿਰ ਇਹੀ ਹੈ ਜੀ ਕਿ ਫੋਨ ਵੱਲ ਧਿਆਨ ਦੇਣਾ ਪੈਣਾ, ਕਿਉਂਕਿ ਬ੍ਰੇਕ ਜਿਹੜੀ ਚੱਲਦੀ ਹੁਣ ਟੀ ਵੀ 'ਤੇ ਹੋ ਸਕਦਾ ਜੇ ਬ੍ਰੇਕ ਚੱਲਦੀ ਹੋਵੇ। ਚਲੋ ਹੈਲੋ ਹੈਲੋ ਜੱਗੀ, ਸਤਿ ਸ਼੍ਰੀ ਅਕਾਲ ਜੀ। ਸਰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ? ਅੱਜ ਕੀ ਮੁੱਦਾ ਚੱਲਦਾ ਸਪੀਕਰਾਂ ਦਾ? ਵੈਸੇ ਹੀ ਬਸ ਯਾਦ ਕਰ ਰਹੇ ਜੀ ਪੁਰਾਣੀਆਂ ਯਾਦਾਂ। ਬਿਲਕੁਲ ਜੀ, ਪੁਰਾਣੀ ਯਾਦ ਮੈਂ ਆਪਣੇ ਪਿੰਡ ਦੀ ਦੱਸਦਾ। ਜ਼ਰੂਰ ਜੀ ਜ਼ਰੂਰ ਸਰ। ਜਦ ਸਵੇਰ ਨੂੰ ਭਾਈ ਬੋਲਦਾ ਹੁੰਦਾ ਸਪੀਕਰ 'ਚ ਬੋਲਦਾ ਇਹ, ਉਦੋਂ ਜਨਾਨੀਆਂ ਉੱਠ ਕੇ ਆਪਣੇ ਕੰਮ ਕਾਰ 'ਚ ਲੱਗ ਜਾਂਦੀਆਂ ਜੀ। ਬਿਲਕੁਲ, ਗੋਹਾ ਕੂੜਾ ਧਾਰਾਂ ਸਾਰਾ ਕੁਛ ਕਰਨ ਲੱਗ ਪੈਂਦੀਆਂ, ਐਂ ਟਾਈਮ ਨਾਲ ਬੋਲਦਾ ਸੀ। ਦੂਜੀ ਗੱਲ, ਇੱਕ ਸਾਡੇ ਪਿੰਡ ਦਾ ਹੁੰਦਾ ਪਾਠੀ, ਉਹਨੂੰ ਤੜ ਕੇ ਖੰਡ ਪਾਠ ਸਾਹਿਬ ਜਿੱਦਾਂ ਖੁੱਲ੍ਹਾ ਹੋਣਾ, ਹੁਣ ਬਾਬਾ ਫਰੀਦ ਦੇ ਸ਼ਲੋਕ ਬੋਲਣੇ, ਤੇ ਬਾਬਾ ਉਹਨਾਂ ਸਾਰੇ ਆਪਣੇ ਪਿੰਡ ਦੇ ਲੋਕਾਂ ਨੇ ਸੁਣਨੇ, ਬੜੇ ਧਿਆਨ ਨਾਲ, ਬੜੇ ਕਲੀਅਰ ਆਵਾਜ਼ ਹੁੰਦੀ ਸੀ। ਕਈ ਜਿਹੜੇ ਸੀਗੇ ਨਾ ਜੀ, ਕਈ ਇੰਨੇ ਵਧੀਆ ਬਾਬਾ ਫਰੀਦ ਜੀ ਦੇ ਸ਼ਲੋਕ ਪੜ੍ਹਦੇ ਨੇ, ਉਹ ਮੈਂ ਕਿਹਾ ਬਹੁਤ ਕਲੀਅਰ ਆਵਾਜ਼ ਹੁੰਦੀ ਸੀ, ਇੰਨੀ ਸੋਹਣੀ ਸੁਣਦੀ ਸੀ ਸਵੇਰ ਨੂੰ ਉਹਦਾ, ਤੇ ਆਵਾਜ਼ ਵੀ ਉਹਦੀ ਸੋਹਣੀ ਸੀ ਪਾਠੀ ਦੀ। ਜੀ 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 ਬਿਲਕੁਲ ਜੀ ਬਿਲਕੁਲ, ਵਾਕਿਆ ਥਾ ਗੱਲ ਆ। ਸਵੇਰ ਨੂੰ ਇੱਕ ਸਾਡੇ ਆਇਆ ਸੀ ਪਿੰਡ ਪਾਠੀ ਗ੍ਰੰਥੀ ਜੀ, ਉਹਨੇ ਸਵੇਰ ਨੂੰ ਜਦ ਅਰਦਾਸ ਕਰਨੀ ਤਾਂ ਆਪਣਾ ਸਪੀਕਰ ਬੰਦ ਕਰ ਦੇਣਾ। ਉਹ ਕਾਹਤੇ? ਕਿਉਂਕਿ ਲੋਕ ਜੰਗਲ ਪਾਣੀ ਜਾਂਦੇ ਆ, ਬੈਠੇ ਹੁੰਦੇ ਕਈ ਵਾਰੀ ਬਾਹਰ ਖੇਤਾਂ ਚ, ਅੱਗੇ ਜਾਂਦੇ ਹੁੰਦੇ ਸੀ, ਇਸ ਕਰਕੇ ਅਰਦਾਸ ਦੇ ਵਿੱਚ ਫਿਰ ਉਹ ਬੰਦ ਕਰ ਦਿੰਦਾ। ਅਰਦਾਸ ਉਹਨੇ ਛੇ ਸਹਿਣ ਸੀ ਸੁਣਦੀ ਸੀ। ਚਲੋ ਜੀ, ਹਾਂ ਸੀ, ਓਕੇ, ਬਹੁਤ ਚਲੋ ਮਿਹਰਬਾਨੀ ਜੀ, ਬਹੁਤ ਵਧੀਆ ਗੱਲ ਕਰ ਦਿੱਤੀ ਸੰਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਸਰ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਲੋਕੀ ਸਿੰਘ ਬੋਲਦਾ ਜੀ, ਮੱਲੀ। ਹਾਂਜੀ ਮੱਲੀ ਸਾਹਿਬ, ਹਾਂਜੀ, ਕੀ ਕਹਿਣਾ ਚਾਹੁੰਦੇ? ਬਸ ਇਹ ਸਪੀਕਰਾਂ ਦੀ ਗੱਲ ਕਰਦੇ ਆ। ਹਾਂਜੀ, ਤੇ ਉਦੋਂ ਸਪੀਕਰਾਂ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ ਜੀ। ਹਾਏ 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 ਹਾਏ, ਸਵੇਰੇ 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 ਜਮਲਾ ਜੀ ਦੇ ਗਾਣੇ ਵੱਜਣੇ,
ਜੰਗਲ ਦੇ ਵਿੱਚ ਖੂਹ ਲਵਾ ਦੇ ਉੱਤੇ ਪਵਾ ਦੇ ਡੋਲ ਸਖੀਆ ਨਾਮ ਸਾਈਂ ਦਾ ਬੋਲ ਸਖੀਆ ਨਾਮ ਸਾਈਂ ਦਾ ਬੋਲ ਜਗ ਤੇਰੀ ਛੱਡ ਕੇ ਤੂੰ ਭਗਤੇ ਨੂੰ ਕਰ ਲੈ ਜਗ ਤੇਰੀ ਹਾਂਜੀ ਜਾਂ ਸਤਿਗੁਰ ਨਾਨਕ ਆ ਜਾ ਤੇਰੀ ਲੀਲਾ ਮੇਰੀ ਪਹਿਲਾਂ ਸਤਿਗੁਰ ਨਾਨਕ ਤੇਰੀ ਲੀਲਾ ਹੁੰਦਾ ਸੀ ਉਸ ਤੋਂ ਬਾਅਦ ਤਿੰਨ ਚਾਰ ਧਾਰਮਿਕ ਗਾਣੇ ਲਾ ਕੇ ਫਿਰ ਨਰਿੰਦਰ ਬੀਬਾ ਦੇ ਵੀ ਲੱਗਦੇ ਸੀਗੇ ਹਾਂਜੀ ਫਿਰ ਹੌਲੀ ਹੌਲੀ ਸਦੀਕ ਸਾਹਿਬ ਦੇ ਉੱਤੇ ਬਾਅਦ ਚ ਅਮਰ ਸਿੰਘ ਸ਼ੌਂਕੀ ਨੂੰ ਵੀ ਸੁਣਦੇ ਰਹੇ ਹਾਂ ਉਹ ਵੀ ਬਹੁਤ ਵਾਰਾਂ ਉਹਨਾਂ ਦੀਆਂ ਵੀ ਆ ਜਾ ਭਾਬੀ ਝੂਠ ਲੈ ਪੀ ਹਲਾਰੇ ਲੈਂਦੀ ਨੂਰ ਮਹਿਲ ਦੀ ਮੋਰੀ ਬੜੀ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਜੀ ਪਹਿਲੇ ਜ਼ਮਾਨੇ ਚ ਪੈਸੇ ਜੀ ਕੋਈ ਬੈਂਕ ਨੀ ਸੀ ਕੋਈ ਕੁਪੀ ਟਰਾਂਕਾਂ ਵਿਚ ਵੀ ਨੀ ਸੀ ਰੱਖਦੇ ਹੁੰਦੇ ਹਾਂਜੀ ਹਾਂਜੀ ਤੇ ਉਹ ਮੇਰੇ ਬਾਪੂ ਜੀ ਨਾ ਪੈਸੇ ਮੇਰਾ ਭਰਾ ਦੇ ਗਿਆ ਉਹਨਾਂ ਨਾ ਰੁਮਾਲ ਵਿਚ ਬੰਨ ਕਾ ਅੱਗੇ ਬਾਲੇ ਹੁੰਦੇ ਤੇ ਤਤੀਰ ਪਾਏ ਦੇ ਹੁੰਦੇ ਸੀ ਉਹ ਬਾਲਿਆਂ ਦੇ ਵਿਚ ਲੁਕੋ ਤੇ ਅੱਛਾ ਜੀ ਅੱਠ ਨੌ ਸੌ ਰੁਪਿਆ ਸੀਗਾ ਉਹਨਾਂ ਟਾਈਮ ਦਾ ਤੇ ਉਹ ਸਾਰੇ ਚੂਹੇ ਟੁੱਕ ਗਏ ਇੰਨਾ ਇੰਨਾ ਕੁਤਰਾ ਕਰ ਗਏ ਇੰਨਾ ਇੰਨਾ ਕੁਤਰਾ ਕਰ ਗਏ ਉਹ ਕਿਤੇ ਫਿਰ ਉਹ ਨਾ ਪਹਿਲੇ ਸਿਆਣੇ ਸੀ ਮਸੋਂ ਮਿਲਦੇ ਤੇ ਕਿਤੇ ਪੈਸੇ ਫਿਰ ਮੈਂ ਹੱਥ ਮਾਰ ਮਾਰ ਕੇ ਪਿੱਟਣ ਮੈਂ ਲੁੱਟਿਆ ਗਿਆ ਮੈਂ ਲੁੱਟਿਆ ਗਿਆ ਅੱਛਾ ਜੀ ਤਾਂ ਮੇਰੇ ਬੇਬੇ ਕਹਿੰਦੀ ਵੀ ਕੀ ਗੱਲ ਹੋਈ ਕੀ ਵੇਖਣਾ ਕਿਉਂ ਆਉਂਦੇ ਤੁਸੀਂ ਕਹਿੰਦੇ ਮੈਂ ਤਾਂ ਲੁੱਟਿਆ ਗਿਆ ਮੇਰੇ ਕੋਲ ਤਾਂ ਰਿਹਾ ਹੀ ਕੁਛ ਨੀ ਉਹ ਘਰਦਿਆਂ ਤੇ ਸਾਰਿਆਂ ਤੇ ਚੋਰੀ ਲੁਕੋ ਕੇ ਰੱਖੇ ਹੋਏ ਸੀ ਪੈਸੇ ਲੋਕ ਲਕੋ ਗਏ ਜਾਂ ਸਾਂਭ ਕੇ ਕਿਸੇ ਨੇ ਰੱਖਣੇ ਹੁੰਦੇ ਸੀ ਤੇ ਏਦਾਂ ਹੀ ਜਾਂ ਫਿਰ ਰਜਾਈਆਂ ਦੀਆਂ ਤਹਿਾਂ ਦੇ ਵਿੱਚ ਰੱਖਦੇ ਸੀਗੇ ਜਾਂ ਫਿਰ ਬਾਲਿਆਂ ਦੇ ਵਿੱਚ ਵੀ ਦੱਸਿਆ ਬਾਲਿਆਂ ਚ ਵੇਲ ਹੁੰਦੀ ਹੈ ਬਾਲਿਆਂ ਦੇ ਵਿੱਚ ਤੇ ਸਤੀਰੀ ਦੇ ਵਿੱਚ ਤੇ ਉੱਥੇ ਵੀ ਰੱਖਦੇ ਸੀਗੇ ਹਾਂਜੀ ਹਾਂਜੀ ਉਹ ਪਹਿਲਾਂ ਦੇ ਬਸ ਸਿਆਣਿਆਂ ਦਾ ਨਾ ਹੁੰਦਾ ਤਾਂ ਕੋਈ ਬੈਂਕ ਨਾ ਕੋਈ ਚੱਜ ਨਾਲ ਡਰੰਕ ਜਿੱਦਾਂ ਤੁਸੀਂ ਦੱਸਿਆ ਵੀ ਲੁਕੋ ਰੱਖਣੇ ਨੇਥਿਆਂ ਵਿੱਚ ਲੁਕੋ ਰਹੇ ਆ ਕਦੇ ਕਿਤੇ ਫਤੂਈ ਪਾਉਂਦੇ ਸੀਗੇ ਬਜ਼ੁਰਗ ਫਤੂਈ ਪਾ ਕੇ ਫਤੂਈ ਦੇ ਵਿੱਚ ਜੇਬ ਜਿਹੜੀ ਲੱਗੀ ਹੁੰਦੀ ਸੀ ਉਹ ਕਮੀਜ਼ ਦੇ ਹੇਠ ਦੀ ਜਾਂ ਕੁੜਤੇ ਦੇ ਹੇਠ ਦੀ ਫਤੂਈ ਪਾ ਕੇ ਉਹ ਵੀ ਇੱਕ ਸੇਫ ਸਮਝਿਆ ਜਾਂਦਾ ਸੀ ਜਗ੍ਹਾ ਸੇਫ ਸਮਝੀ ਜਾਂਦੀ ਸੀ ਵੀ ਜੇਬ ਜੂਬ ਕੱਟਣ ਦੀ ਜੇ ਕੋਈ ਇੱਥੋਂ ਕੱਟਦਾ ਤਾਂ ਉਹ ਪਤਾ ਲੱਗ ਜਾਂਦਾ ਫੱਟ ਪਿਛਲੇ ਪਿੰਡ ਦੀ ਜੇਬ ਦੇ ਵਿੱਚ ਪੈਸੇ ਪਾਏ ਹੁਣ ਪਿੰਡ ਦੀ ਜੇਬ ਦੇ ਵਿੱਚ ਨਹੀਂ ਪਤਾ ਲੱਗਦਾ ਵੀ ਕਿਹੜੇ ਵੇਲੇ ਕਿਹਨੇ ਬਟੂਆ ਕੱਢ ਲਿਆ ਜਾਂ ਕਿਹਨੇ ਕਿਹਨੇ ਕਿਹੜੇ ਵੇਲੇ ਥੱਲੇ ਬਲੇਡ ਜਿਹਾ ਹੀ ਮਾਰਦੇ ਹੁੰਦੇ ਉਹਨਾਂ ਦਾ ਵੀ ਕੋਈ ਟੈਕਟੀ ਆ ਮੈਨੂੰ ਲੱਗਦਾ ਉਹਦੀ ਕੋਈ ਟ੍ਰੇਨਿੰਗ ਹੀ ਲੈਂਦੇ ਹੁਣ ਬਲੇਡ ਜਿਹਾ ਹੀ ਮਾਰਦੇ ਤਾਂ ਬਟੂਆ ਸਾਰਾ ਬਾਹਰ ਆ ਜਾਂਦਾ ਚਲੋ ਖੈਰ ਆਪਾਂ ਪਿੰਡ ਦੀਆਂ ਯਾਦਾਂ ਤਾਜ਼ੀਆਂ ਕਰੀ ਦੀਆਂ ਨਾਲ ਨਾਲ ਸਪੀਕਰਾਂ ਦੀ ਗੱਲਬਾਤ ਚੱਲ ਰਹੀ ਹੈ ਸਪੀਕਰਾਂ ਦਾ ਮਾਹੌਲ ਦੀ ਗੱਲਬਾਤ ਚੱਲ ਰਹੀ ਹੈ ਖੇਤਾਂ ਦੇ ਵਿੱਚ ਕੰਮ ਕਰਦੇ ਬੰਦੇ ਜਦੋਂ ਸੁਣਦੇ ਨੇ ਆਵਾਜ਼ ਉਦੋਂ ਸਪੀਕਰਾਂ ਦੀ ਤਾਂ ਉਹਦਾ ਇੱਕ ਵੱਖਰਾ ਮਾਹੌਲ ਵੱਖਰੀ ਵੇਵ ਹੁੰਦੀ ਸੀ ਵੱਖਰਾ ਨਜ਼ਾਰਾ ਹੁੰਦਾ ਸੀਗਾ ਫਿਲਹਾਲ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਜੀ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਤਕਰੀਬਨ ਸਮਾਪਤੀ ਹੈ ਮੈਂ ਗੱਲਾਂ ਜਿਹੜੀਆਂ ਹੈਗੀਆਂ ਮੈਂ ਉਹਨਾਂ ਕੋਲ ਹੱਥ ਜੋੜ ਕੇ ਮੁਆਫੀ ਚਾਹੁੰਦਾ ਗੱਲਬਾਤ ਹੋਰ ਨਹੀਂ ਹੋਣੀ ਬਾਕੀ ਸੋਮਵਾਰ ਨੂੰ ਕਾਲਾ ਹੋਰ ਲਵਾਂਗੇ ਅਤੇ ਪਰ ਸਪੀਕਰਾਂ ਦੀ ਜਿਹੜੀ ਗੱਲ ਕੀਤੀ ਹੈ ਜ਼ਰੂਰ ਤੁਹਾਡੇ ਜ਼ਿਹਨ ਦੇ ਵਿੱਚ ਪੁਰਾਣਾ ਸਮਾਂ ਜਿਹੜਾ ਅੱਜ ਤਾਜ਼ਾ ਹੋ ਗਿਆ ਹੋਏਗਾ ਕੰਨਾਂ ਦੇ ਵਿੱਚ ਉਹ ਆਵਾਜ਼ਾਂ ਜਿਹੜੀਆਂ ਉਦੋਂ ਗੀਤਾਂ ਦੇ ਵਿੱਚ ਚੱਲਦੀਆਂ ਹੁੰਦੀਆਂ ਸੀ ਸਪੀਕਰ ਦੇ ਵਿੱਚ ਚੱਲਦੀਆਂ ਹੁੰਦੀਆਂ ਸੀ ਜ਼ਰੂਰ ਕੰਨਾਂ ਦੇ ਵਿੱਚ ਗੂੰਜ ਗਈਆਂ ਹੋਣਗੀਆਂ ਔਰ ਚੰਗਾ ਲੱਗਿਆ ਹੋਊ ਤੁਹਾਨੂੰ ਕੋਠੇ 'ਤੇ ਸਪੀਕਰ ਜਿਹੜਾ ਖੜਕਦਾ ਸੀਗਾ ਕੋਠੇ 'ਤੇ ਸਪੀਕਰ ਲਾਈ ਰੱਖਣਾ ਨਹੀਂ ਅਸੀਂ ਕੋਠੇ 'ਤੇ ਉਹ ਵੱਖਰਾ ਨਜ਼ਾਰਾ ਅੱਜ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦਾ ਵਧੀਆ ਲੱਗਿਆ ਹੋਊਗਾ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362 ਕਦੇ ਵੀ ਕਾਲ ਕਰਕੇ ਕੋਈ ਗੱਲਬਾਤ ਕਰ ਸਕਦੇ ਹੋ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ